ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੋਤ ਸਿੰਘ ਬੋਲ ਰਿਹਾ ਐਡਮਿੰਟਨ ਤੋਂ, ਅਤੇ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਸਟੂਡੈਂਟ ਵੀਜ਼ਾ ਅਤੇ ਸਾਰਾ ਜੋ ਪ੍ਰੋਸੈਸ ਜਿਹੜੇ ਪੰਜਾਬ ਤੋਂ ਸਟੂਡੈਂਟ ਕਰਦੇ ਹੈ ਕੈਨੇਡਾ ਆਉਣ ਲਈ, ਉਹਦੇ ਬਾਰੇ ਆਪਾਂ ਚਰਚਾ ਕਰਾਂਗੇ। ਇੱਕ ਐਕਸਪੀਰੀਅੰਸ ਲਿਆਂਗੇ ਕਿ ਵੀ ਜਿਹੜੇ ਸਟੂਡੈਂਟ ਇੱਥੇ ਆਈ ਹੋਈ ਹੈ ਮੇਰੇ ਨਾਲ ਜੁੜੀ ਹੋਈ ਹੈ ਵੈਨਕੂਵਰ ਤੋਂ। ਵੈਨਕੂਵਰ ਤੁਹਾਨੂੰ ਪਤਾ ਹੈ ਕਿ ਕਾਫੀ ਸਟੂਡੈਂਟ ਵੈਨਕੂਵਰ ਐਂਡ ਬਰੈਂਪਟਨ ਉਤਰਦੇ ਹੈ, ਸੋ ਮੇਰੇ ਮਨ 'ਚ ਆਇਆ ਕਿ ਵੀ ਵੈਨਕੂਵਰ ਦਾ ਜੋ ਸਟੂਡੈਂਟ ਹੈ ਉਹਦੇ ਨਾਲ ਗੱਲ ਕੀਤੀ ਜਾਏ ਕਿ ਵੀ ਕਿੱਦਾਂ ਉਹਨਾਂ ਦਾ ਐਕਸਪੀਰੀਅੰਸ ਰਿਹਾ, ਕਿਸ ਤਰ੍ਹਾਂ ਉਹਨਾਂ ਨੇ ਅਪਲਾਈ ਕੀਤਾ ਇੱਥੇ ਆ ਕਰ, ਸਰੀ ਵੈਨਕੂਵਰ ਆ ਕੇ ਕਿੱਦਾਂ ਦਾ ਐਕਸਪੀਰੀਅੰਸ ਉਹ ਫੇਸ ਕਰਦੇ ਹੈ, ਅਤੇ ਪਤਾ ਲੱਗੇ ਕਿ ਵੀ ਕਿਹੜੀ ਕਿਹੜੀ ਮਿਸਟੇਕ ਸ਼ਾਇਦ ਅਗਰ ਲੋਕ ਜ਼ਿਆਦਾ ਕਰਦੇ ਹੈ ਉਹਦੇ ਬਾਰੇ ਕਿੱਦਾਂ ਸੁਧਾਰ ਕਰ ਸਕਦੇ ਹੈ, ਅਤੇ ਵਟ ਇਜ਼ ਦ ਰਿਐਲਿਟੀ ਇਨ ਵੈਨਕੂਵਰ, ਕਿਸ ਤਰ੍ਹਾਂ ਲੋਕ ਰਹਿ ਰਹੇ ਹੈ ਸਟੂਡੈਂਟ, ਉਹਨਾਂ ਦੇ ਬਾਅਦ ਜਿਹੜੇ ਪੜ੍ਹਾਈ ਦੇ ਬਾਅਦ ਕਿਸ ਤਰ੍ਹਾਂ ਉਹਨਾਂ ਦੀ ਇਮੀਗ੍ਰੇਸ਼ਨ ਬਾਰੇ ਕੀ ਪਲੈਨਿੰਗ ਹੁੰਦੀ ਹੈ। ਅਤੇ ਮੇਰੇ ਨਾਲ ਲਾਈਨ 'ਤੇ ਹੈ ਗੁਰਪ੍ਰੀਤ ਫਰੋਮ ਸਰੀ ਬੀ ਸੀ। ਗੁਰਪ੍ਰੀਤ ਸਤਿ ਸ਼੍ਰੀ ਅਕਾਲ। ਥੋੜ੍ਹੀ ਜਿਹੀ ਆਵਾਜ਼ ਉੱਚੀ ਕਰਨਾ ਮੇਰੇ ਖਿਲਾਫ, ਆਵਾਜ਼ ਸ਼ਾਇਦ ਵੋਲਿੰਗ ਆਪਣਾ ਉੱਪਰ ਰੱਖਣਾ। ਗੁਰਪ੍ਰੀਤ ਤੁਸੀਂ ਸਰੀ ਰਹਿੰਦੇ ਹੋ ਨਾ? ਅੱਛਾ ਅੱਛਾ, ਥੋੜ੍ਹਾ ਜਿਹਾ ਦੱਸੋਗੇ ਆਪਣੇ ਬਾਰੇ, ਤੁਸੀਂ ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦੇ ਹੋ ਅਤੇ ਕਿਸ ਤਰ੍ਹਾਂ ਤੁਹਾਡੀ ਯਾਤਰਾ ਸ਼ੁਰੂ ਹੋਈ, ਸਟੂਡੈਂਟ ਵੀਜ਼ਾ ਦੇ ਬਾਰੇ ਕਿੱਦਾਂ ਸੋਚਿਆ ਸੀ, ਕੀ ਪ੍ਰੋਸੈਸ ਹੈ, ਥੋੜ੍ਹਾ ਜਿਹਾ ਆਊਟਲਾਈਨ ਕਰੋ ਲੋਕਾਂ ਨੂੰ ਪਤਾ ਲੱਗੇ ਕਿ ਵੀ ਕਿਸ ਤਰ੍ਹਾਂ ਆਏ। ਜਦੋਂ ਮੈਂ ਸੋਚਿਆ ਕਿ ਮੈਂ ਸਟੱਡੀ ਪਰਮਿਟ ਜਾਵਾਂ, ਕਿ ਮੈਂ ਸੋਚਿਆ ਕਿ ਕੁਝ ਕੈਨੇਡਾ ਦੇ ਵਿੱਚ, ਤਾਂ ਫਿਰ ਮੈਂ ਬਹੁਤ ਸਾਰੀ ਰਿਸਰਚ ਕੀਤੀ। ਫਸਟ ਕਈ ਕੰਸਲਟੈਂਟ, ਇੱਕ ਕੰਸਲਟੈਂਟ ਕੋਲ ਜਦੋਂ ਸਭ ਤੋਂ ਪਹਿਲਾਂ ਮੈਂ ਕਿਸੇ ਕੰਸਲਟੈਂਟ ਕੋਲ ਗਈ ਸੀ, ਏਡੀ ਸੀ, ਉਹਨੇ ਮੈਨੂੰ ਪ੍ਰੈਫਰ ਕੀਤਾ ਸੀਗਾ। ਇੱਕ ਸਾਲ ਦਾ ਮਤਲਬ ਡਿਪਲੋਮਾ ਸੀ, ਉਹ ਐਚ ਆਰ ਦਾ ਡਿਪਲੋਮਾ ਹੁੰਦਾ ਸੀ ਮੇਰੀ ਸਕੂਲ। ਤੁਸੀਂ ਇੰਡੀਆ ਤੋਂ ਪੜ੍ਹਾਈ ਕੀ ਪੜ੍ਹਾਈ ਕੀਤੀ ਹੈ ਵੈਸੇ ਉਸ ਤੋਂ ਪਹਿਲਾਂ? ਸਰ ਮੈਂ ਆਲਰੇਡੀ ਮਾਸਟਰਸ ਆ, ਮਾਸਟਰ ਐਮਏ ਬੀਏਡ ਆ ਮੈਂ, ਤੇ ਇਸ ਤੋਂ ਬਾਅਦ ਮੈਂ 2 ਸਾਲ ਦਾ ਟੀਚਿੰਗ ਐਕਸਪੀਰੀਅੰਸ ਹੈ ਮੇਰੇ ਕੋਲ। ਕਈ ਲੋਕਾਂ ਦਾ ਕਹਿਣਾ ਹੈ ਕਿ ਵੀ ਮਾਸਟਰ ਦੇ ਬਾਅਦ ਫਿਰ ਪੜ੍ਹਾਈ ਤੇ ਫਿਰ ਹੋਰ ਫਿਰ ਛੋਟੀ ਪੜ੍ਹਾਈ ਹੋ ਜਾਏਗੀ, ਕਿਉਂਕਿ ਮਾਸਟਰ ਦੇ ਬਾਅਦ ਜਾਂ ਤੇ ਕੋਈ ਹਾਈ ਲੈਵਲ ਪੜ੍ਹਾਈ ਤੇ ਜਾਏ, ਜਾਂ ਫਿਰ ਨਹੀਂ ਤੇ ਫਿਰ ਉਹਨਾਂ ਨੇ ਕੋਈ ਅਨਰੀਜ਼ਨੇਬਲ ਕਰਕੇ ਵੀਜ਼ਾ ਡਿਕਲਾਈਨ ਕਰ ਦੇਣਾ। ਤੇ ਇਹ ਜਿਹੜੇ ਕੰਸਲਟੈਂਟ, ਇਹਨਾਂ ਨੇ ਤੁਹਾਨੂੰ ਕਿੱਦਾਂ ਰੈਫਰ ਕੀਤਾ ਕਿ ਵੀ ਆ ਡਿਪਲੋਮਾ ਕਰੋ ਤੁਹਾਡੇ ਲਈ ਠੀਕ ਹੈ? ਹਾਂਜੀ ਸਰ, ਉਹੀ ਮੈਂ ਮਤਲਬ ਜਿਹਦੇ ਕੋਲ ਫਸਟ ਗਈ ਸੀ ਉਹਨੇ ਮੈਨੂੰ ਕਿਹਾ ਐਚ ਆਰ ਡੀ ਦਾ, ਤੇ ਉਹ ਹੈਗਾ 1 ਸਾਲ ਦਾ ਡਿਪਲੋਮਾ। ਫਿਰ ਮੈਂ ਸੋਚਿਆ ਕਿ ਇਹ ਹੈਗਾ ਓਟਾਵਾ ਦੇ ਵਿੱਚ ਮਿਲਦਾ ਸੀ ਮੈਨੂੰ, ਤੇ ਫਿਰ ਮੇਰਾ ਇੱਕ ਕਜ਼ਨ ਵੀ ਆ ਆਲਰੇਡੀ ਵਿਨੀਪੈਗ ਦੇ ਵਿੱਚ ਰਹਿੰਦਾ, ਤੇ ਉਹਦੇ ਨਾਲ ਮੈਂ ਸਲਾਹ ਕੀਤੀ ਕਿ ਇੱਦਾਂ ਕੀ ਕਰਨਾ ਚਾਹੀਦਾ। ਫਿਰ ਉਹਨੇ ਮੈਨੂੰ ਸੁਜੈਸ਼ਨ ਦਿੱਤਾ ਕਿ ਉਹ ਓਟਾਵਾ ਦੇ ਵਿੱਚ ਤੇ ਬਿਲਕੁਲ ਨਹੀਂ, ਇੱਕ ਤਾਂ 1 ਸਾਲ ਦਾ ਜਿਹੜਾ ਡਿਪਲੋਮਾ, ਬਾਅਦ ਵਿੱਚ ਤੁਹਾਨੂੰ 2 ਸਾਲ ਦਾ ਵਰਕ ਪਰਮਿਟ, ਬਾਅਦ ਵਿੱਚ ਤੁਹਾਡੇ ਸਕੋਰ ਨਹੀਂ ਬਣਨਗੇ ਜਿੱਦਾਂ ਐਕਸਪੀਰੀਅੰਸ ਐਂਟਰੀ ਦੇ ਵਿੱਚ ਵੀ ਜਿਹੀ ਜਾਵਾਂਗੇ। ਤੇ ਫਿਰ ਮੈਂ ਉਹ ਸਕਿੱਪ ਕਰ ਦਿੱਤਾ, ਫਿਰ ਇੱਕ ਹੋਰ ਕੰਸਲਟੈਂਟ ਕੋਲ ਮੈਂ ਗਈ, ਉਹਨੇ ਮੈਨੂੰ ਪ੍ਰੋਜੈਕਟ ਮੈਨੇਜਮੈਂਟ ਦਾ, ਉਹ 2 ਸਾਲ ਦਾ ਡਿਪਲੋਮਾ ਸੀ, ਫਿਰ ਉਹ ਫਿਰ ਵੀ ਉਹ ਡਿਪਲੋਮਾ ਹੀ ਮੈਚ ਹੁੰਦੀ ਕਿ ਮੈਨੂੰ ਕੋਈ ਮਾਸਟਰ ਡਿਗਰੀ ਜਾਂ ਜਿੱਦਾਂ ਐਮਐਡ ਕਿ ਮੈਂ ਬੀਐਡ ਕੀਤੀ ਇੰਡੀਆ ਦੇ ਵਿੱਚ, ਬਟ ਉਦੋਂ ਪੋਸੀਬਲ ਨਹੀਂ ਹੋ ਪਾਇਆ। ਫਿਰ ਮੈਂ ਉਹ ਵੀ ਸਕਿੱਪ ਕੀਤਾ, ਫਿਰ ਮੈਂ ਥਰਡ ਕੋਲ ਗਈ, ਮੈਂ ਖੁਦ ਵੀ ਰਿਸਰਚ ਕਰਦੀ ਸੀ, ਮੇਰੇ ਮਤਲਬ ਮੇਰੇ ਹਸਬੈਂਡ ਵੀ ਰਿਸਰਚ ਕਰਦੇ ਸੀ ਬਹੁਤ ਜ਼ਿਆਦਾ। ਫਿਰ ਮੈਂ ਥਰਡ ਕੋਲ ਗਈ, ਉਹਨੇ ਮੈਨੂੰ ਰੈਫਰ ਕੀਤਾ, ਇੱਕ ਮਾਸਟਰ ਸੀਗਾ 2 ਸਾਲ ਦੀ, ਮਤਲਬ ਮਾਸਟਰ ਸੀਗਾ ਇਨ ਐਡਮਿਨਿਸਟ੍ਰੇਟਿਵ ਸਾਇੰਸ, ਜਿਹੜਾ ਮੈਂ ਹੁਣ ਪੜ੍ਹਦੀ ਹਾਂ, ਮਾਸਟਰਸ ਇਨ ਐਡਮਿਨਿਸਟ੍ਰੇਟਿਵ ਸਾਇੰਸ। ਠੀਕ ਹੈ, ਸੋ ਇਹ ਮਤਲਬ ਤੁਸੀਂ ਆਪ ਡਿਸਾਈਡ ਕੀਤਾ ਕਿ ਕੰਸਲਟੈਂਟ ਜਿਹੜੇ ਪੰਜਾਬ ਵਾਲੇ ਕੋ, ਉਹਨਾਂ ਨੇ ਤੁਹਾਨੂੰ ਫਾਈਨਲਾਈਜ਼ ਕੀਤਾ ਕਿ ਵੀ ਆ ਕਰ ਲਓ? ਹਾਂਜੀ, ਉਹਨਾਂ ਨੇ ਮੈਨੂੰ ਸੁਜੈਸ਼ਨ ਦਿੱਤਾ ਕਿ ਇੱਕ ਆ ਕੋਰਸ ਆ ਮਾਸਟਰ ਇਨ ਐਡਮਿਨਿਸਟ੍ਰੇਟਿਵ ਸਾਇੰਸ। ਅੱਛਾ, ਮੈਂ ਚਾਹੁੰਦੀ ਕਿ ਮੇਰੀ ਸਟੱਡੀ ਨਾਲ ਰਿਲੇਟਡ ਹੀ ਹੋਵੇ ਜੋ ਵੀ ਮੈਂ ਅੱਗੇ ਕਰਨਾ। ਸਰਚ ਕਰਦੇ ਹੋ ਪੰਜਾਬ ਵਿੱਚ ਜਿਹੜੇ ਸਟੂਡੈਂਟ ਵੀਜ਼ਾ ਕੰਸਲਟੈਂਟ ਹੈ, ਕਾਫੀ ਸਾਰੇ ਹਰ ਇੱਕ ਸ਼ਹਿਰ 'ਚ ਅੱਜ ਕੱਲ੍ਹ ਖੁੱਲ੍ਹੇ ਹੋਏ ਹਨ, ਕਾਫੀ ਉਹਨਾਂ ਦੇ ਆਫਿਸ ਕੰਸਲਟੈਂਸੀ ਖੁੱਲ੍ਹੇ ਹੋਏ ਹੈ, ਤੁਹਾਨੂੰ ਕਿਸ ਤਰ੍ਹਾਂ, ਤੁਸੀਂ ਹੁਣ ਕੈਨੇਡਾ ਵੀ ਰਹਿ ਰਹੇ ਹੋ, ਉਸ ਟਾਈਮ ਜਦ ਤੁਸੀਂ ਕੈਨੇਡਾ ਨਹੀਂ ਆਏ, ਤੁਸੀਂ ਕੰਸਲਟੈਂਟ ਨੂੰ ਮਿਲੋ, ਕੰਸਲਟੈਂਟ ਦੇ ਬਾਰੇ ਤੁਹਾਡਾ ਕੀ ਹੈ ਸਿਚੁਏਸ਼ਨ, ਉਹਨਾਂ ਨੂੰ ਨੌਲੇਜ ਹੁੰਦੀ ਹੈ ਕੈਨੇਡਾ ਦੇ ਬਾਰੇ, ਜਾਂ ਕਿਸ ਤਰ੍ਹਾਂ ਉਹ ਡਿਸਾਈਡ ਕਰਦੇ ਕਿ ਆਹ ਕੋਰਸ ਕਰ ਲਓ ਆਹ ਕੋਰਸ ਨਾ ਕਰੋ? ਮੇਰੇ ਅਕੋਰਡਿੰਗ ਕੁਝ ਕੰਸਲਟੈਂਟ ਨੂੰ ਨੌਲੇਜ ਹੁੰਦੀ ਆ, ਬੱਚੇ ਨੂੰ ਕੋਰਸ ਇਹਦਾ, ਇੱਥੋਂ ਤੱਕ ਮੇਰਾ ਕੰਮ ਆ ਕਿ ਮੈਂ ਉਹਦੇ ਕੋਲ ਪੈਸੇ ਲੈ ਲਏ ਆ ਤੇ ਮੇਰਾ ਕੰਮ ਖਤਮ ਆ, ਮੈਂ ਉਹਦੀ ਆਫਰ ਲੈਟਰ ਮੰਗਵਾ ਲਈ, ਉਹਨੇ ਜਾਣਾ ਜਿੱਦਾਂ ਮਰਜ਼ੀ ਉਹਦੀ ਅੱਗੇ ਮਰਜ਼ੀ। ਕਿੰਨੇ ਪੈਸੇ ਚਾਰਜ ਕੀਤੇ ਇਹ ਸਾਰੀ ਸਰਵਿਸ ਪ੍ਰੋਵਾਈਡ ਕਰਨ ਲਈ, ਕਿੰਨੇ ਪੈਸੇ ਚਾਰਜ ਕਰਦੇ ਆ?
ਸੀਗਾ ਇਹਦੇ ਵਿੱਚ ਜਿਹੜਾ ਆਹ ਵਾਲਾ ਮੈਂ ਕੋਰਸ ਲਿਆ ਇਹਦੇ ਵਿੱਚ ਮੇਰਾ 20-30 ਹਜ਼ਾਰ ਮੇਰਾ ਲਿਆ ਸੀ ਮੇਰੇ ਕੋਲ 20,000 ਵਿੱਚ ਸਾਰੇ ਕੀ ਕਰਦੇ ਆ ਮਤਲਬ ਕੋਰਸ ਸਿਲੈਕਸ਼ਨ ਤੇ ਆਫਰ ਲੈਟਰ 30,000 ਸੀਗਾ 30,000 ਤੇ ਇਹਦੇ ਵਿੱਚ ਹੀ ਹੈ ਮਤਲਬ ਜਿਹੜੇ ਵੀਜ਼ਾ ਐਪਲੀਕੇਸ਼ਨ ਵੀ ਨਾਲ ਕਰਨੀ ਉਹਨਾਂ ਨੇ ਇਹ ਸਭ ਇਨਕਲੂਡ ਹੈ ਅੱਛਾ ਅੱਛਾ ਠੀਕ ਹੈ ਜਦ ਤੁਸੀਂ ਫਿਰ ਐਫ ਡੀ ਯੂ ਵਿੱਚ ਐਡਮਿਸ਼ਨ ਲੈ ਰਿਹਾ ਤੇ ਉਹਦੇ ਬਾਅਦ ਉਹਨਾਂ ਨੇ ਸਟੂਡੈਂਟ ਵੀਜ਼ਾ ਜਦ ਅਪਲਾਈ ਕੀਤਾ ਉਹਦਾ ਕੀ ਤੁਹਾਡਾ ਐਕਸਪੀਰੀਅੰਸ ਰਿਹਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਉਹਨੇ ਅਪਲਾਈ ਕੀਤਾ ਪਹਿਲੀ ਵਾਰ ਵੀਜ਼ਾ ਲੱਗਿਆ ਕਿ ਹੋਰ ਕੋਈ ਪ੍ਰੋਬਲਮ ਹੋਈ ਨਹੀਂ ਸਰ ਜਦੋਂ ਨਾ ਮੇਰੀ ਆਫਰ ਲੈਟਰ ਜਿੱਦਾਂ ਪਹਿਲਾਂ ਅਪਲਾਈ ਕੀਤੀ ਮੇਰੀ ਆਫਰ ਲੈਟਰ ਆ ਗਈ ਇਸ ਤੋਂ ਇਲਾਵਾ ਮੈਂ ਇੱਕ ਹੋਰ ਕੰਸਲਟੈਂਟ ਕੋਲ ਗਈ ਉਹਨੇ ਮੈਨੂੰ ਪ੍ਰੋਜੈਕਟ ਮੈਨੇਜਮੈਂਟ ਦਾ ਉਹ ਵੀ ਕੋਰਸ ਮੈਨੂੰ ਵਧੀਆ ਲੱਗਾ ਮੇਰੀ ਉੱਥੋਂ ਵੀ ਮਤਲਬ ਆਲਰੇਡੀ ਮੇਰੀ ਉੱਥੋਂ ਵੀ ਆ ਗਈ ਐਨ ਵਾਈ ਆਈ ਟੀ ਆ ਉਹ ਵੀ ਵੈਨਕੂਵਰ ਦੇ ਵਿੱਚ ਉੱਥੋਂ ਵੀ ਆ ਗਈ ਸੀ ਫਿਰ ਮੈਂ ਉਸ ਤੋਂ ਬਾਅਦ ਪਰ ਮੈਂ ਉਦੋਂ ਆਪਣਾ ਮਨ ਬਣਾ ਲਿਆ ਸੀ ਕਿ ਮੈਂ ਐਫ ਡੀ ਯੂ ਹੀ ਜਾਵਾਂਗੀ ਕਿਉਂਕਿ ਉਹ ਮਾਸਟਰ ਡਿਗਰੀ ਹੀ ਮੇਰੇ ਵਾਸਤੇ 2 ਸਾਲ ਦਾ ਵਧੀਆ ਹੈ ਮੈਨੂੰ ਅੱਗੇ 3 ਸਾਲ ਦਾ ਵਰਕ ਪਰਮਿਟ ਮਿਲਣਾ ਸੀ ਮੇਰਾ ਸਕੋਰ ਵਧੀਆ ਬਣ ਜਾਣਾ ਸੀ ਮੈਂ ਬੜਾ ਕੁਛ ਸੋਚਿਆ ਈਵਨ ਮੈਂ ਜਦੋਂ ਰਿਸਰਚ ਕਰ ਰਹੀ ਮੈਂ ਇੱਕ ਪ੍ਰੋਫੈਸਰ ਦੀ ਲਿਸਟ ਕੱਢੀ ਜਿਹੜੀ ਐਫ ਡੀ ਯੂਨੀਵਰਸਿਟੀ ਵਿੱਚ ਪੜ੍ਹਾ ਰਹੀ ਆ ਇੱਕ ਪ੍ਰੋਫੈਸਰ ਨੂੰ ਮੈਂ ਮੇਲ ਵੀ ਕੀਤੀ ਕਿ ਇੱਦਾਂ ਮਤਲਬ ਮੇਰੀ ਆਹ ਸਟੱਡੀ ਮੈਨੂੰ ਕੋਰਸ ਮਿਲ ਰਿਹਾ ਕਿ ਇਹ ਰੈਲੀਵੈਂਟ ਆ ਮੇਰੇ ਲਈ ਮਤਲਬ ਇਹ ਬੈਨੀਫਿਸ਼ੀਅਲ ਹੋਵੇਗਾ ਮੈਂ ਇਨ ਫਿਊਚਰ ਦੇ ਵਿੱਚ ਅੱਛਾ ਉਹਨਾਂ ਮੈਨੂੰ ਨੈਕਸਟ ਡੇ ਹੀ ਰਿਪਲਾਈ ਕਰ ਦਿੱਤਾ ਸੀ ਨੈਕਸਟ ਡੇ ਉਹਨਾਂ ਦੀ ਮੈਸੇਜ ਆ ਗਿਆ ਕਿ ਹਾਂ ਇਹ ਤੁਹਾਡੀ ਸਟੱਡੀ ਨਾਲ ਰਿਲੇਟਡ ਆ ਜਿੱਦਾਂ ਮੇਰੀ ਪੋਲੀਟੀਕਲ ਸਿਸਟਮ ਮੇਰੀ ਬੈਕਗ੍ਰਾਉਂਡ ਸੀਗੀ ਮਾਸਟਰ ਸੋ ਐਡਮਿਨਿਸਟ੍ਰੇਟਿਵ ਸਾਇੰਸ ਰਿਲੇਸ਼ਨ ਰੱਖਦਾ ਉਹਦੇ ਨਾਲ ਜਿਹੜੇ ਮੋਸਟ ਆਫ ਦਾ ਜਿਹੜੇ ਕੋਰਸ ਸੀ ਕਿਉਂਕਿ ਮੇਰੀ ਸਪੈਸ਼ਲਾਈਜੇਸ਼ਨ ਜਿਹੜੀ ਲੀਡਰਸ਼ਿਪ ਦੇ ਨਾਲ ਰਿਲੇਟਡ ਸੀ ਤੇ ਜਿਹੜੇ ਕੋਰਸ ਸੀ ਉਹ ਮੇਰੇ ਆਲਰੇਡੀ ਮੈਂ ਕੁਝ ਕੋਰਸ ਪੜ੍ਹੇ ਸੀਗੇ ਪੋਲੀਟੀਕਲ ਸਿਸਟਮ ਦੇ ਵਿੱਚ ਮੈਂ ਸੋਚਿਆ ਕਿ ਇਹ ਮੇਰੇ ਵਾਸਤੇ ਵਧੀਆ ਵਾ ਸੋ ਮੈਨੂੰ ਲੱਗਦਾ ਕਿ ਜੇ ਤੁਸੀਂ ਸਟੱਡੀ ਕਰਨਾ ਚਾਹੁੰਦੇ ਪਹਿਲਾਂ ਤੁਹਾਡੇ ਲਈ ਇਨਫੋਰਮੇਸ਼ਨ ਲੈਣੀ ਬਹੁਤ ਜ਼ਰੂਰੀ ਆ ਕਿਹੜਾ ਕੋਰਸ ਤੁਸੀਂ ਲੈ ਰਹੇ ਜੇ ਕੀ ਉਹ ਰੈਲੀਵੈਂਟ ਰੱਖਦਾ ਤੁਹਾਡੀ ਪੁਰਾਣੀ ਸਟੱਡੀ ਨਾਲ ਮੇਰਾ ਖਿਆਲ ਹੈ ਕਿ ਟਿਪੀਕਲੀ ਜਿਹੜੇ ਸਟੂਡੈਂਟ ਹੈ ਸ਼ਾਇਦ ਪ੍ਰੋਫੈਸਰ ਵੈਬਸਾਈਟ ਤੇ ਪ੍ਰੋਫੈਸਰ ਦਾ ਨਾਮ ਤਲਾਸ਼ ਕਰਕੇ ਉਹਨੂੰ ਈਮੇਲ ਲਿਖਣਾ ਇਹ ਸਟੈਪ ਨਹੀਂ ਕਰਦੇ ਜਿਹੜਾ ਤੁਸੀਂ ਕੀਤਾ ਮੈਂ ਤਾਂ ਮੈਂ ਇਹ ਬਹੁਤ ਹੀ ਇੱਕ ਇਨਕਰੇਜਿੰਗ ਚੀਜ਼ ਹੈ ਅੱਛਾ ਪ੍ਰੋਫੈਸਰ ਦਾ ਜਵਾਬ ਈਮੇਲ ਆ ਵੀ ਗਿਆ ਅਗਲੇ ਦਿਨ ਹੈ ਹਾਂਜੀ ਨੈਕਸਟ ਨਾਰਮਲੀ ਇੰਡੀਆ ਤੁਸੀਂ ਕਿਸੇ ਪ੍ਰੋਫੈਸਰ ਨੂੰ ਕਰੋ ਸ਼ਾਇਦ ਕੋਈ ਨਾ ਜਵਾਬ ਦੇ ਪ੍ਰੋਫੈਸਰ ਵੀ ਖੁਦ ਇੰਡੀਅਨ ਸੀਗੇ ਅਜੇ ਹਾਂਜੀ ਮਤਲਬ ਹੁਣ ਮੈਂ ਉਹਨਾਂ ਨੂੰ ਮਿਲਦੀ ਵੀ ਆ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਦੱਸਿਆ ਵੀ ਬਾਅਦ ਜੀ ਮੈਂ ਤੁਹਾਨੂੰ ਮੈਸੇਜ ਅੱਛਾ 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 ਠੀਕ ਹੈ ਸੋ ਫਿਰ ਵੀਜ਼ਾ ਵੀਜ਼ਾ ਪ੍ਰੋਸੈਸ ਜਦ ਅਪਲਾਈ ਕੀਤਾ ਤੁਸੀਂ ਕਿੰਨੇ ਦਿਨ ਬਾਅਦ ਵੀਜ਼ਾ ਤੁਹਾਡਾ ਆ ਗਿਆ ਮੇਰਾ ਜਿੱਦਾਂ 15 ਦਿਨ ਦਾ ਪ੍ਰੋਸੈਸ ਚੱਲਿਆ ਪਰ ਜਦੋਂ ਮੇਰਾ ਸਟੈਂਪ ਹੋ ਗਿਆ ਉਦੋਂ ਮੈਨੂੰ ਪਤਾ ਲੱਗ ਗਿਆ ਕਿ 5 ਦਿਨ ਵਿੱਚ ਹੀ ਮੇਰਾ ਵੀਜ਼ਾ ਸਟੈਂਪ ਹੋ ਗਿਆ ਅੱਛਾ ਟਾਈਮ ਲੱਗ ਗਿਆ ਹਾਂਜੀ ਅੱਛਾ ਅੱਛਾ ਹੋਰ ਬਾਕੀ ਬਾਕੀ ਜਿਹੜੇ ਸਟੂਡੈਂਟ ਹੈ ਜਿਹੜੇ ਤੁਹਾਡੀ ਕਲਾਸ ਹੈ ਤੁਹਾਡੇ ਕਾਲਜ ਵਿੱਚ ਪੰਜਾਬ ਜਿਹੜੇ ਸਟੂਡੈਂਟ ਜਿਹੜੇ ਤੁਹਾਡੇ ਨਾਲ ਸੀ ਕਲੀਗਸ ਵਾਲਾ ਉਹ ਸਾਰੇ ਇਸ ਵਕਤ ਉੱਥੇ ਹੀ ਹੈ ਕਾਫੀ ਕੁਝ ਬਾਹਰ ਨਿਕਲ ਗਏ ਹੈ ਕਿਸ ਤਰ੍ਹਾਂ ਉਹਨਾਂ ਦਾ ਕੀ ਐਕਸਪੀਰੀਅੰਸ ਰਿਹਾ ਐਜ਼ ਫਾਰ ਸਟੂਡੈਂਟ ਵੀਜ਼ਾ ਬਾਹਰ ਆਉਣ ਦਾ ਜਿਹੜਾ ਸਿਸਟਮ ਹੈ ਆਲਮੋਸਟ ਸਾਰੇ ਸਟੂਡੈਂਟ ਜਿਹੜੇ ਸਪੈਸ਼ਲ ਲੱਗਾ ਕਿਉਂਕਿ ਜਿਹੜੀ ਮੇਰੀ ਯੂਨੀਵਰਸਿਟੀ ਉਹਦੇ ਵਿੱਚ ਕਈ ਇੰਟਰਨੈਸ਼ਨਲ ਕੰਟਰੀਜ਼ ਜਿਹੜੀਆਂ ਵਾ ਇਨਵੋਲਵ ਆ ਕੋਈ ਬ੍ਰਾਜ਼ੀਲ ਦੇ ਕੋਈ ਚਾਈਨੀਜ਼ ਸਟੂਡੈਂਟ ਆ ਕੁਝ ਇਰਾਨੀਅਨ ਸਟੂਡੈਂਟ ਆ ਇੰਡੀਅਨ ਸਟੂਡੈਂਟ ਆ ਸੋ ਹਰ ਇੱਕ ਦੀ ਸਪੈਸ਼ਲਾਈਜੇਸ਼ਨ ਅਲੱਗ ਆ ਮੇਰੀ ਜਿੱਦਾਂ ਗਲੋਬਲ ਲੀਡਰਸ਼ਿਪ ਆ ਕੁਝ ਦੀ ਗਲੋਬਲ ਹੈਲਥ ਆ ਇੱਦਾਂ ਕਰਕੇ ਸੋ ਕਈ ਸਟੂਡੈਂਟ ਦੀ ਜਿੱਦਾਂ ਕਈ ਇੱਕ ਜਿਹੜੀ ਮੇਰੀ ਫਰੈਂਡ ਆ ਉਹ ਉਹਦੀ ਇੰਗਲਿਸ਼ ਸੀਗੀ ਮਾਸਟਰ ਇਨ ਇੰਗਲਿਸ਼ ਪਰ ਉਹਦੀ ਹੁਣ ਸਪੈਸ਼ਲਾਈਜੇਸ਼ਨ ਗਲੋਬਲ ਹੈਲਥ ਦੇ ਵਿੱਚ ਆ ਸੋ ਉਹਦੇ ਵਾਸਤੇ ਕੋਈ ਰੈਲੀਵੈਂਟ ਨਹੀਂ ਹੈਗਾ ਠੀਕ ਹੈ ਕਰ ਰਹੀ ਆ ਪਰ ਹੁਣ ਉਹ ਛੱਡ ਨਹੀਂ ਸਕਦੀ ਕਿਉਂਕਿ ਆਲਰੇਡੀ ਉਹਨੇ 3 ਸਮੈਸਟਰ ਹੋ ਚੁੱਕੇ ਆ ਹੁਣ ਤੱਕ ਜਿਹੜੀ ਤੁਹਾਡੀ ਸਪੈਸ਼ਲਾਈਜੇਸ਼ਨ ਆ ਉਹ 3rd ਸਮੈਸਟਰ ਸ਼ੁਰੂ ਹੁੰਦੀ ਆ ਪਹਿਲਾਂ 2 ਸਮੈਸਟਰ ਮੇਰੀ ਦੇ ਅਕੋਰਡਿੰਗ ਉਹਦਾ ਹੀ ਚੱਲਦਾ ਜਿਹੜਾ ਕੋਰਸ ਤੁਹਾਨੂੰ ਯੂਨੀਵਰਸਿਟੀ ਦਿੰਦੀ ਆ ਠੀਕ ਹੈ ਆ ਜਿਹੜੀ ਯੂਨੀਵਰਸਿਟੀ ਤੁਸੀਂ ਇੱਥੇ ਆਏ ਹੋ ਫੈਰਲੇ ਡਿਕਨਸਨ ਯੂਨੀਵਰਸਿਟੀ ਇਸ ਕੋਰਸ ਵਿੱਚ ਕਿੰਨੀ ਕੁ ਤੁਹਾਡੀ ਫੀਸ ਲੱਗੀ ਸਾਲ ਦੀ ਕਿੰਨੀ ਫੀਸ ਲੱਗੀ ਹੈ ਸਰ ਇਹ ਅਮਰੀਕਨ ਯੂਨੀਵਰਸਿਟੀ ਆ ਮੇਰੀ ਹਾਂਜੀ ਅਪਰੋਕਸੀਮੇਟ ਔਨ ਐਨ ਐਵਰੇਜ ਕਿੰਨੀ ਸਾਲ ਦੀ ਫੀਸ ਹੈ ਜਿਹੜੀ ਤੁਸੀਂ ਬੇਅਰ ਕੀਤੀ ਹੈ ਜਿਹੜਾ ਤੁਸੀਂ ਪੇ ਕਰ ਰਹੇ ਹੋ ਔਨ ਐਨ ਐਵਰੇਜ ਔਨ ਐਵਰੇਜ ਸਰ ਹੈਗੀ ਆ 30 ਮਤਲਬ 30,000 ਯੂਐਸ ਡਾਲਰ ਆ 30,000 ਯੂਐਸ ਡਾਲਰ ਯੈਸ ਕਾਫੀ 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 ਮਹਿੰਗਾ ਸੌਦਾ ਹੋ ਗਿਆ ਹੈ ਕਿ ਨਹੀਂ ਹਾਂਜੀ ਸਰ ਇਜ਼ देयर ਐਨੀ ਪ੍ਰੋਬਲਮ ਵਿਦ ਦਾ ਵੀਡੀਓ ਨਹੀਂ ਨਹੀਂ ਵੀਡੀਓਸ ਕੋਈ ਪ੍ਰੋਬਲਮ ਨਹੀਂ ਸਭ ਠੀਕ ਹੈ ਤੁਹਾਡਾ ਜੀ ਹਿੱਲਿਆ ਬਾਕੀ ਕੋਈ ਨਹੀਂ ਮੇਰੇ ਵੱਲ ਕੋਈ ਪ੍ਰੋਬਲਮ ਨਹੀਂ ਮੈਨੂੰ ਤੁਹਾਡੀ ਵੀਡੀਓ ਨਹੀਂ ਸ਼ੋਅ ਹੋ ਰਹੀ ਵੀਡੀਓ ਨਜ਼ਰ ਨਹੀਂ ਆ ਰਹੀ ਨਹੀਂ ਮੇਰੇ ਵੱਲੋਂ ਤਾਂ ਠੀਕ ਹੈ ਬਿਲਕੁਲ ਬਾਕੀ ਓਕੇ ਸਰ ਫਿਰ ਲੈਣ ਦੇ ਕੋਈ ਇਟਸ ਓਕੇ ਏਵਰੀਥਿੰਗ ਇਜ਼ ਫਾਈਨ ਨੋ ਪ੍ਰੋਬਲਮ ਸੋ $30,000 ਪਰ ਈਅਰ ਫੋਰ 2 ਇਅਰਸ ਕਿਉਂਕਿ ਮੇਰਾ ਫੋਰ 2 ਇਅਰਸ
15,000 US ਡਾਲਰ ਪਰ ਫੁੱਟ ਫੋਰ ਦ 2 ਇਅਰਸ ਠੀਕ ਹੈ ਤੇ ਬਾਕੀ ਜਦ ਤੁਸੀਂ ਇੱਥੇ ਪਹੁੰਚੇ ਜਦ ਵੈਨਕੂਵਰ ਤੁਸੀਂ ਯੂਨੀਵਰਸਿਟੀ ਆਇਆ ਤੁਹਾਡੀ ਜਿਹੜੀ ਮਨ ਦੇ ਵਿੱਚ ਐਕਸਪੈਕਟੇਸ਼ਨ ਸੀ ਇਸ ਤਰ੍ਹਾਂ ਦੀ ਯੂਨੀਵਰਸਿਟੀ ਹੋਵੇਗੀ ਇਸ ਤਰ੍ਹਾਂ ਦਾ ਸਿਸਟਮ ਹੋਏਗਾ ਉਦਾਂ ਹੀ ਲੱਗਿਆ ਕਿ ਕੁਝ ਫਰਕ ਆਇਆ ਕੋ ਤੁਹਾਨੂੰ ਕੋਈ ਇੰਪ੍ਰੈਸ਼ਨ ਮੈਂ ਮਤਲਬ ਠੀਕ ਯੂਨੀਵਰਸਿਟੀ ਬਹੁਤ ਵਧੀਆ ਵਾ ਟਿਕ ਮਤਲਬ ਅਪਡੇਟਡ ਟੈਕਨੋਲੋਜੀ ਆ ਜੋ ਵੀ ਸਭ ਕੁਝ ਜੋ ਚਾਹੀਦਾ ਇੱਕ ਸਟੂਡੈਂਟ ਨੂੰ ਹੈਗਾ ਪਰ ਜਿੱਦਾਂ ਇੰਡੀਆ ਦੇ ਵਿੱਚ ਮੇਰੇ ਮਨ ਵਿੱਚ ਸੀਗਾ ਕਿ ਯੂਨੀਵਰਸਿਟੀ ਬਹੁਤ ਵੱਡੀ ਹੋਊਗੀ ਜਿੱਦਾਂ ਇੰਡੀਆ ਦੇ ਵਿੱਚ ਹੁੰਦਾ ਆ ਹਾਂਜੀ ਜੀ ਇੰਡੀਆ ਦੇ ਵਿੱਚ ਜਿਹੜੀ ਤੁਹਾਡੀ ਸਟੱਡੀ ਉਹ ਥਿਊਰੀ ਬੇਸ ਹੁੰਦੀ ਜ਼ਿਆਦਾ ਆਰਾਮ ਨਾਲ ਫ੍ਰੀ ਹੋ ਕੇ ਤੁਸੀਂ ਆਪਣੀ ਡਿਗਰੀ ਲਓ ਮਤਲਬ ਅਸਾਈਨਮੈਂਟ ਬੇਸਡ ਹੈ ਸਾਰਾ ਸਿਸਟਮ ਸੋ ਉਹ ਤੁਸੀਂ ਚਲੋ ਕਰ ਬਾਕੀ ਇੱਥੇ ਕਿੰਨੇ ਕੁ ਹੋਰ ਪੰਜਾਬੀ ਸਟੂਡੈਂਟ ਤੁਹਾਨੂੰ ਮਿਲੇ ਜਿਹੜੇ ਇੰਡੀਆ ਤੋਂ ਆਏ ਹੋਏ ਇਸ ਯੂਨੀਵਰਸਿਟੀ ਵਿੱਚ ਜਦ ਤੁਸੀਂ ਆਪਣੀ ਕਲਾਸ ਗਏ ਔਨਲਾਈਨ ਪ੍ਰੋਪੋਰਸ਼ਨ ਕਿੰਨੇ ਕੁ ਸਾਰੇ ਜਿਹੜੇ ਫੋਰਨ ਸਟੂਡੈਂਟ ਤੁਹਾਨੂੰ ਮਿਲਦੇ ਆ ਇੰਕਲੂਡਿੰਗ ਇੰਡੀਅਨ ਸਟੂਡੈਂਟਸ ਸਰ ਮੇਰੀ ਕਲਾਸ ਵਿੱਚ ਚਾਈਨੀਜ਼ ਸਟੂਡੈਂਟ ਬਹੁਤ ਆ ਤੇ ਇੰਡੀਅਨ ਸਟੂਡੈਂਟ ਬਹੁਤ ਬਾਕੀ ਬ੍ਰਾਜ਼ੀਲ ਦੇ ਕੁਝ ਸਟੂਡੈਂਟ ਆ ਤੇ ਇਰਾਨ ਤੋਂ 4-5 ਸਟੂਡੈਂਟਸ ਆ ਮੇਰੀ ਕਲਾਸ ਦੇ ਵਿੱਚ ਬਟ ਜੇ ਜ਼ਿਆਦਾ ਮੈਕਸਿਮਮ ਵੇਖੀਏ ਤੇ ਚਾਈਨੀਜ਼ ਤੇ ਇੰਡੀਅਨ ਟੋਟਲ ਜਿਹੜੀ ਯੂਨੀਵਰਸਿਟੀ ਵਿੱਚ ਟੋਟਲ 100% ਸਟੂਡੈਂਟ ਵਿੱਚ ਫੋਰਨ ਸਟੂਡੈਂਟ ਕਿੰਨੇ ਹੋਣਗੇ ਇੱਥੇ ਲੋਕਲ ਜਿਹੜੇ ਗੋਰੇਵਾਰਾ ਹੈ ਉਹ ਕਿੰਨੇ ਪਰਸੈਂਟੇਜ ਹੋਣਗੇ ਸਰ ਉਹ ਪਰਸੈਂਟੇਜ ਮੈਨੂੰ ਲੱਗਦਾ 10% ਆ ਕੁਝ ਯੂਐਸ ਦੇ ਜਿਹੜੇ ਜਿੱਦਾਂ ਯੂਐਸ ਸਟੂਡੈਂਟ ਆ ਉਹ ਵੀ ਇੱਥੇ ਆ ਰਹੇ ਜਿੱਦਾਂ ਜਿਨ੍ਹਾਂ ਨੂੰ ਉੱਥੇ ਐਡਮਿਸ਼ਨ ਨਹੀਂ ਮਿਲਦੀ ਜਿਹੜੀ ਮੇਨ ਯੂਨੀਵਰਸਿਟੀ ਆ ਸੋ ਆਪਣਾ ਉਹ ਕੋਰਸ ਕੰਪਲੀਟ ਕਰਨ ਵਾਸਤੇ ਉਹ ਸੈਕਿੰਡ ਕੈਂਪਸ ਵਿੱਚ ਐਡਮਿਸ਼ਨ ਲੈ ਲੈਂਦੇ ਆ ਅੱਛਾ ਅੱਛਾ ਠੀਕ ਹੈ ਸੋ ਮੋਸਟਲੀ ਜੋ ਇੰਟਰਨੈਸ਼ਨਲ ਸਟੂਡੈਂਟ ਇੱਥੇ ਆ ਗਏ ਜਿਸ ਤਰ੍ਹਾਂ ਤੁਸੀਂ ਆ ਗਏ ਹੋ ਥੋੜ੍ਹਾ ਜਿਹਾ ਬਰੀਫਲੀ ਦੱਸੋ ਕਿ ਸਟੂਡੈਂਟ ਦੀ ਸੋਚ ਕੀ ਹੈ ਉਹਨਾਂ ਨੇ PR ਲਈ ਕੁਆਲੀਫਾਈ ਕਰਨਾ ਕਿਸ ਤਰੀਕੇ ਨਾਲ ਉਹ ਆਪਣੀ ਪਲੈਨਿੰਗ ਕਰ ਰਹੇ ਕਿ PR ਕਿੱਦਾਂ ਬਣਨਾ ਉਹਨਾਂ ਨੇ ਫਿਰ ਜਦੋਂ ਤੁਸੀਂ ਗ੍ਰੈਜੂਏਟ ਕਰੋਗੇ ਇਸ ਕੋਰਸ ਤੋਂ ਸਰ ਬਾਕੀਆਂ ਦੀ ਤੇ ਮੈਨੂੰ ਪਤਾ ਨਹੀਂ ਕਿ ਕਿੱਦਾਂ ਦੀ ਕੋਈ ਕਿਉਂਕਿ ਅਲੱਗ-ਅਲੱਗ ਥਿੰਕਿੰਗ ਹੁੰਦੀ ਹੈ ਹਰ ਇੱਕ ਪਰਸਨ ਹਾਂਜੀ ਹਾਂਜੀ ਜੇ ਮੈਂ ਆਪਣੀ ਗੱਲ ਕਰਾਂ ਤੇ ਮੈਂ ਪਹਿਲਾਂ ਹੀ ਜਦੋਂ ਆਪਣਾ ਸੋਚਿਆ ਸੀ ਕਿ ਮੈਂ ਪਹਿਲਾਂ ਸੋਚਿਆ ਸੀ ਕਿ ਮੇਰੀ ਰੈਲੀਵੈਂਟ ਸਟੱਡੀ ਹੋਣੀ ਚਾਹੀਦੀ ਹੈ ਹਾਂ ਨਾ ਕਾਊਂਟ ਕਰਦੀ ਆ ਜਿੱਦਾਂ ਮੈਂ ਖੁਦ ਆਪਣਾ ਕਾਊਂਟ ਕੀਤਾ ਕਿ ਮੇਰਾ 500 ਤੇ ਕੁਝ ਬੰਦਾ ਹੈ 5-10 ਕੁਝ ਬੰਦਾ ਹੈ ਠੀਕ ਹੈ ਉਹਦੇ ਥਰੂ ਐਕਸਪੈਸੈਂਟੀ ਜਿਹੜਾ BC ਪ੍ਰੋਵਿੰਸ਼ੀਅਲ ਨਾਮਨੀ ਪ੍ਰੋਗਰਾਮ ਉਹਦੇ ਤਹਿਤ ਵੀ ਇੱਕ ਪ੍ਰੋਗਰਾਮ ਹੈ ਨਾ ਇੰਟਰਨੈਸ਼ਨਲ ਗ੍ਰੈਜੂਏਟ ਪ੍ਰੋਗਰਾਮ ਉਹ ਤੁਸੀਂ ਚੈੱਕ ਕੀਤਾ ਦੇਖਿਆ ਤੁਸੀਂ ਹਾਂਜੀ ਮੈਂ ਚੈੱਕ ਕਰਦੀ ਰਹਿਣੀ ਵੈਸੇ ਹਾਂ ਉਹਦਾ ਐਕਸਪ੍ਰੈਸ ਐਂਟਰੀ ਦੇ ਵਿੱਚ ਜਿੱਦਾਂ ਪੁਆਇੰਟ ਸਿਸਟਮ ਆ ਸਾਰਾ ਹਾਂਜੀ ਤੁਸੀਂ ਮਤਲਬ ਕਿ ਗ੍ਰੈਜੂਏਟ ਮੈਂ 1 ਸਾਲ ਵਾਸਤੇ ਵਰਕ ਪਰਮਿਟ ਦਾ ਵਰਕ ਕਰਕੇ ਐਕਸਪੀਰੀਅੰਸ ਵਰਕ ਐਕਸਪੀਰੀਅੰਸ ਲੈ ਲੈਂਦੀ ਆ ਫਿਰ ਬਾਅਦ ਮੇਰੇ ਪੁਆਇੰਟਸ ਜੇ ਮੈਂ ਆਪਣੇ ਕਾਊਂਟ ਕਰਦੀ ਤੇ ਫਿਰ ਮੇਰੇ ਨਹੀਂ ਬਣਦੇ ਆ ਠੀਕ ਹੈ ਜੌਬ ਆਫਰ ਚਾਹੀਦਾ ਤੁਹਾਨੂੰ ਫੋਰ ਸ਼ੋਰ ਸਕਿੱਲ ਜੌਬ ਆਫਰ ਚਾਹੀਦਾ PC PNP ਲਈ ਫਿਰ ਤੁਹਾਡੇ ਉਹਦੇ ਬੇਸ ਤੇ ਜੋ ਵੀ ਤੁਹਾਡੀ ਜਿਹੜੀ ਇੰਗਲਿਸ਼ ਹੈ ਰਿਕੁਆਇਰਮੈਂਟ ਹੈ ਜਾਂ ਐਕਸਪੀਰੀਅੰਸ ਉਹਦੇ ਬੇਸ ਤੇ ਉਹ ਵੀ ਇੱਕ ਪ੍ਰੋਫਾਈਲਿੰਗ ਸਿਸਟਮ ਹੈ ਆਨਲਾਈਨ ਸਿਸਟਮ ਹੈ PC PNP ਦਾ ਆਵਾਜ਼ ਆ ਰਹੀ ਠੀਕ ਹੈ ਸੋ ਹੋਰ ਕੁਛ ਮਤਲਬ ਜਿਹੜੇ ਜੋ ਸੋਸਾਇਟੀ ਹੈ ਜਿਹੜੀ ਸਰੀ ਵਿੱਚ ਸਰੀ ਵੈਨਕੂਵਰ ਜੋ ਏਰੀਆ ਹੈ ਕਾਫੀ ਇੱਥੇ ਇੰਡੀਅਨ ਸਟੂਡੈਂਟਸ ਕਾਫੀ ਆ ਰਿਹਾ ਹੈ ਕਿਸ ਤਰ੍ਹਾਂ ਦਾ ਮਾਹੌਲ ਹੈ ਇੱਥੇ ਮਤਲਬ ਕਿ ਰੋਜ਼ ਤੁਸੀਂ ਨਵੇਂ ਸਟੂਡੈਂਟ ਦੇਖਦੇ ਹੋ ਜਾਂ ਇੱਥੇ ਸਟੂਡੈਂਟ ਕਿਸ ਤਰ੍ਹਾਂ ਦੀ ਇਹਨਾਂ ਦੀ ਲਾਈਫ ਹੈ ਉਹਦੇ ਬਾਰੇ ਦੱਸੋ ਕਿ ਸਟੂਡੈਂਟ ਜਦ ਇੱਕ ਬਾਹਰੋਂ ਆ ਰਿਹਾ ਹੈ ਉਹ ਕਿਹੜੇ ਕਿਹੜੇ ਖਰਚੇ ਉਹਨਾਂ ਨੂੰ ਪਹਿਲਾਂ ਬੀਅਰ ਕਰਨੇ ਪੈਂਦੇ ਜਿਹਦੇ ਲਈ ਉਹ ਮੈਂਟਲੀ ਤਿਆਰ ਨਹੀਂ ਹੈ ਸਰ ਮੇਰੇ ਅਕੋਰਡਿੰਗ ਸਭ ਤੋਂ ਟਫ ਲਾਈਫ ਜਿਹੜੀ ਸਟੂਡੈਂਟ ਦੀ ਹੁੰਦੀ ਆ ਜਿੰਨਾ ਸਟਰਗਲ ਕਰਨਾ ਪੈਂਦਾ ਉਸ ਦਾ ਉਹਨੇ ਆਪਣਾ ਪੜ੍ਹਾਈ ਵੀ ਕਰਨੀ ਆ ਉਹਨੇ ਆਪਣੀ ਜੌਬ ਵੀ ਕਰਨੀ ਆ ਦੈਨ ਉਹ ਆਪਣੀ ਫੀਸ ਵੀ ਕੱਢਦਾ ਆ ਇੰਨੀ ਫੀਸ ਆ
ਇੱਕ ਫੀਸ ਖਤਮ ਹੁੰਦੀ ਹੈ ਦੂਜੀ ਫੀਸ ਸ਼ੁਰੂ ਹੋ ਜਾਂਦੀ ਹੈ, ਸੋ ਬੜਾ ਯਾ ਬਰਡਨ ਹੁੰਦਾ ਆ। ਫਿਰ ਇਸ ਤੋਂ ਬਾਅਦ ਜਿੰਨਾ ਵੀ ਅਸਾਈਨਮੈਂਟਸ ਜਿਹੜੀਆਂ ਮਿਲਦੀਆਂ ਵਾ, ਪ੍ਰੈਜੈਂਟੇਸ਼ਨਸ ਹੁੰਦੀਆਂ ਵਾ, ਚਲੋ ਇੱਕ ਵਧੀਆ ਗੱਲ ਆ ਇਹ ਸਾਰੀ ਕਿ ਤੁਹਾਡਾ ਕੌਨਫੀਡੈਂਸ ਡਿਵੈਲਪ ਹੁੰਦਾ, ਕਿਉਂਕਿ ਜਿਹੜਾ ਇੰਡੀਆ ਦੇ ਵਿੱਚ ਸਟੱਡੀ ਆ ਉਹ ਅਲੱਗ ਸਟੱਡੀ, ਜਿਹੜੀ ਇੱਥੇ ਸਟੱਡੀ ਆ ਤੁਹਾਨੂੰ ਬੜੀਆਂ ਓਪਰਚੁਨਿਟੀਜ਼ ਦਿੰਦੀ ਆ। ਮੈਂ ਖੁਦ ਬੜਾ ਕੁਛ ਸਿੱਖਿਆ ਇਹਦੇ ਤੋਂ। ਜੇ ਮੈਂ ਸਟੂਡੈਂਟ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਕਿ ਸਟੂਡੈਂਟ ਬਹੁਤ ਵਧੀਆ ਆ ਰਹੇ ਆ, ਇਹੋ ਜਿਹੀ ਕੋਈ ਗੱਲ ਨਹੀਂ ਕਿ ਸਟੂਡੈਂਟ ਮਾੜੇ ਆ ਜਾਂ ਕਿੱਦਾਂ। ਸਟੂਡੈਂਟ ਬਹੁਤ ਵਧੀਆ ਵਾ, ਕੁਝ ਕੁਆਲਿਟੀ ਸਟੂਡੈਂਟ ਵੀ ਬਹੁਤ ਵਧੀਆ ਵਾ, ਕੁਆਂਟਿਟੀ ਬਹੁਤ ਜ਼ਿਆਦਾ ਵਾ, ਕਿੱਦਾਂ ਬਹੁਤ ਜ਼ਿਆਦਾ ਸਟੂਡੈਂਟ ਆ ਰਿਹਾ ਵਾ। ਜਿੱਦਾਂ ਟੋਰਾਂਟੋ ਵੱਲ ਤਾਂ ਬਹੁਤ ਭੀੜ ਹੋਈ ਹੋਈ ਆ, ਜੇ ਹੁਣ ਵੈਨਕੂਵਰ ਦੀ ਗੱਲ ਕਰੀਏ ਤੇ ਆਲਮੋਸਟ ਇੱਥੇ ਵੀ ਬਹੁਤ ਜ਼ਿਆਦਾ ਸਟੂਡੈਂਟ ਆ ਚੁੱਕਾ ਵਾ, ਪਰ ਉਹ ਆਪਣੀ ਮਿਹਨਤ ਕਰ ਰਹੇ ਆ, ਆਪਣੇ ਸਟਰਗਲ ਕਰ ਰਹੇ ਆ, ਤੇ ਬਹੁਤ ਜ਼ਿਆਦਾ ਜਿੱਦਾਂ ਫਸਟ ਤੋਂ ਹੀ ਆਓਗੇ ਆਪਣੇ ਜਿੰਨੇ ਵੀ ਤੁਹਾਡੇ ਬਣਦੇ ਆਈ ਡੀ ਪਰੂਫ ਬਣਦੇ ਆ, ਤੁਹਾਡੀ ਬੀ ਸੀ ਆਈ ਡੀ, ਜਿੱਦਾਂ ਮੈਂ ਬੀ ਸੀ ਵਿੱਚ ਰਹਿ ਰਹੀ ਹਾਂ, ਬੀ ਸੀ ਆਈ ਡੀ ਬਣ ਗਈ, ਫਿਰ ਤੁਹਾਡਾ ਇੰਸ਼ੋਰੈਂਸ ਹੋਵੇਗੀ, ਹੈਲਥ ਇੰਸ਼ੋਰੈਂਸ, ਬਹੁਤ ਕੁਛ ਚੱਲਦਾ, ਬਹੁਤ ਖਰਚਾ ਸਾਰਾ ਨਿਕਲ ਜਾਂਦਾ। ਅੱਛਾ ਹੋਲਡ ਔਨ ਜਸਟ ਅ ਮਿੰਟ, ਜਸਟ ਇੰਸ਼ੋਰੈਂਸ ਦੀ ਗੱਲ ਕੀਤੀ, ਮੈਨੂੰ ਕੋਈ ਸਵਾਲ ਪੁੱਛ ਰਹੇ ਸੀ ਕਿ ਵੀ ਸਟੂਡੈਂਟਾਂ ਨੂੰ ਇੰਸ਼ੋਰੈਂਸ ਕਿੱਦਾਂ ਕਵਰੇਜ ਹੈ ਤੁਹਾਡਾ, ਜਿਹੜਾ ਬੀ ਸੀ ਜਿਹੜਾ ਹੈਲਥ ਕਵਰੇਜ ਹੈ ਉਹ ਤੁਹਾਨੂੰ ਕੁਝ ਪੇ ਕਰਨਾ ਪੈਂਦਾ ਹੈ ਕੁਝ? ਹਾਂਜੀ ਮੰਥਲੀ ਮੈਨੂੰ ਪੇ ਕਰਨਾ ਪੈਂਦਾ 37.5 cents, 37.50 cents or something. ਅੱਛਾ ਜੇ ਅਗਰ ਤੁਸੀਂ ਆਪਣੇ ਹਸਬੰਡ ਨੂੰ ਲੈ ਕੇ ਆਓਗੇ, ਉਹਨਾਂ ਦੀ ਕਵਰੇਜ ਹੈ ਇਨਕਲੂਡ ਕਿ ਨਹੀਂ ਇਹਦੇ ਵਿੱਚ, ਕਿ ਉਹਨਾਂ ਨੂੰ ਸੈਪਰੇਟ ਪੇ ਕਰਨਾ ਪਏਗਾ? ਸਰ ਉਹਨਾਂ ਨੂੰ ਸੈਪਰੇਟ ਪੇ ਕਰਨਾ ਪੈਂਦਾ ਵਾ, ਇਹ ਤੁਹਾਡੇ ਸਿਰਫ ਜਿੱਦਾਂ ਇੰਡੀਵਿਜੁਅਲ ਸਿਸਟਮ ਹੁੰਦਾ ਵਾ, ਇੱਥੇ ਕੋਈ ਤੁਹਾਡਾ ਹਸਬੰਡ ਵਾਈਫ ਇਦਾਂ ਕੁਝ ਨਹੀਂ ਹੈਗਾ, ਇਹ ਤਾਂ ਇੰਡੀਵਿਜੁਅਲ ਸਿਸਟਮ ਆ। ਮੇਰਾ ਮਤਲਬ ਹੈ ਕਿ ਤੁਹਾਡੀ ਤੇ ਕਵਰੇਜ ਐਜ਼ ਅ ਤੁਹਾਡੀ ਤੇ ਕਵਰੇਜ ਐਜ਼ ਅ ਸਟੂਡੈਂਟ ਤੁਸੀਂ $37.50 ਦਾ ਪਰ ਮੰਥ ਹੈ, ਜੇ ਤੁਸੀਂ ਅਗਰ ਆਪਣੇ ਹਸਬੰਡ ਨੂੰ ਸਪਾਂਸਰ ਕਰੋਗੇ ਉਹ ਸਪਾਊਸ ਵੀਜ਼ਾ ਤੇ ਆਏਗਾ, ਉਹਨਾਂ ਨੂੰ ਵੀ ਪੇ ਕਰਨਾ ਪਏਗਾ ਕਿ ਉਹਨਾਂ ਦਾ ਆਲਰੇਡੀ ਬੀ ਸੀ ਹੈਲਥ ਕੇਅਰ ਬੇ ਆਟੋਮੈਟਿਕਲੀ ਕਵਰੇਜ ਹੋ ਜਾਏਗਾ ਕਿਉਂਕਿ ਵਰਕ ਪਰਮਿਟ ਤੇ ਆਣਗੇ? ਉਹ ਸਰ ਆਟੋਮੈਟਿਕਲੀ ਹੁੰਦਾ, ਉਹਨਾਂ ਨੂੰ ਵੀ ਪੇ ਕਰਨਾ ਪਊਗਾ। ਅੱਛਾ ਉਹਨਾਂ ਨੂੰ ਐਜ਼ ਅ ਸੇਮ ਇੰਨਾ ਕੁ ਪ੍ਰੋਪੋਰਸ਼ਨ ਹੁੰਦਾ ਵਾ ਜਿਹੜਾ ਪੇ ਕਰਦੇ ਆ। ਅੱਛਾ ਅੱਛਾ ਠੀਕ ਹੈ ਠੀਕ ਹੈ। ਦੱਸ ਜਿੰਨਾ ਵੀ ਤੁਹਾਡਾ ਮੈਡੀਕਲ ਜੋ ਵੀ ਤੁਹਾਡਾ ਖਰਚਾ ਉਹਦੇ ਵਿੱਚ ਕਵਰ ਹੋ ਜਾਂਦਾ ਹੈ। ਅੱਛਾ ਜਿਹੜੇ ਸਟੂਡੈਂਟ ਜਿਹੜੇ ਅਪਲਾਈ ਕਰ ਰਹੇ ਹਨ ਉਹਨਾਂ ਨੂੰ ਕੰਸਲਟੈਂਟ ਵਾਲਾ ਦੱਸਦੇ ਹੁੰਦੇ ਕਿ ਵੀ ਤੁਹਾਨੂੰ ਜਿਹੜਾ ਖਰਚਾ ਚਾਹੀਦਾ ਇੱਕ ਸਾਲ ਦੀ ਫੀਸ, ਜੋ ਵੀ ਇੱਕ ਸਾਲ ਦੀ ਫੀਸ ਹੈ, ਪਲੱਸ ਜੀ ਆਈ ਸੀ $10,000, ਅਤੇ ਇੰਨੇ ਕੁ ਫੰਡਸ ਵਿੱਚ ਤੁਹਾਡਾ ਸਰਜਨ ਦਾ ਕੰਮ, ਮਤਲਬ ਇਸ ਤੋਂ ਇਲਾਵਾ ਵੀ ਹੋਰ ਪੈਸੇ ਚਾਹੀਦੇ ਹੁੰਦੇ ਕਿ ਵੀ ਇਹ ਇਨਫ ਹੈ? ਜਦੋਂ ਜੀ ਆਈ ਸੀ ਖਤਮ ਹੋ ਗਈ ਫਿਰ ਤੁਹਾਡੇ ਕੋਲ ਜ਼ੀਰੋ ਬੈਲੈਂਸ ਹੋ ਜਾਊਗਾ, ਤੁਹਾਨੂੰ ਕੀ ਤੁਸੀਂ ਕੀ ਕਰੋਗੇ ਬਾਅਦ ਵਿੱਚ? ਸੋ ਅਕੋਰਡਿੰਗ ਟੂ ਦ ਸਿਚੁਏਸ਼ਨ ਤੁਹਾਨੂੰ ਜੋ ਵੀ ਤੁਹਾਡੀ ਜੋਬ ਆ ਉਹ ਕਰਨੀ ਹੀ ਪੈਂਦੀ ਕੰਟੀਨਿਊ। ਨਹੀਂ ਜੋਬ ਤਾਂ ਕਰਨੀ ਪਏਗੀ, ਪਰ ਜਿਹੜਾ ਅਗਰ ਜੇ ਫਰਜ਼ ਕਰੋ ਕੋਈ ਜੋਬ ਨਾ ਕਰੇ, ਜਸਟ ਡਿਸਕਸ਼ਨ, ਇੱਕ ਅਗਰ ਕੋਈ ਜੋਬ ਨਾ ਕਰੇ ਸਾਲ ਦੀ, ਜਿਹੜੇ ਹੋਰ ਵੀ ਕਾਲਜ ਹੈ ਇੱਥੇ, ਯੂ ਬੀ ਸੀ ਹੈ, ਕੌਂਤਲਿਨ ਹੈ, ਲੰਗਾਰਾ ਕਾਲਜ ਹੈ, ਫਲਾਨਾ, ਅਗਰ ਕੋਈ ਇੱਕ ਸਾਲ ਦੀ ਫੀਸ ਪਹਿਲਾਂ ਪ੍ਰੀ ਪੇ ਕਰਦੇ, ਮਤਲਬ ਉੱਥੋਂ ਇੰਡੀਆ ਤੋਂ ਪੇਮੈਂਟ ਕਰਦੇ, ਅਤੇ $10,000 ਦਾ ਜੀ ਆਈ ਸੀ ਲੈ ਲਏ, ਇਸ ਤੋਂ ਇਲਾਵਾ ਵੀ ਫੰਡਸ ਦੀ ਲੋੜ ਪੈਣੀ ਹੈ, ਇਹਦੇ ਨਾਲ ਕੰਮ ਚੱਲਣਾ ਨਹੀਂ ਮੇਰੇ ਖਿਆਲ, ਇਜ਼ ਦੈਟ ਰਾਈਟ? ਕੰਮ ਚੱਲਣਾ ਕਿੰਨਾ ਖਰਚਾ ਹੋਰ ਲੋਕਾਂ ਨੂੰ ਲਿਆਉਣਾ ਚਾਹੀਦਾ ਐਕਚੁਅਲੀ ਜੇਕਰ ਇੰਡੀਆ ਤੋਂ ਲਾ ਰਹੇ ਆ, ਅਗਰ ਜੇ ਉਹਨਾਂ ਨੇ ਕੰਮ ਨਹੀਂ ਕਰਨਾ ਤਾਂ? ਆਈ ਥਿੰਕ ਮੇਰੇ ਅਕੋਰਡਿੰਗ ਤੇ ਜਿੱਦਾਂ ਹੁਣ ਦੋ ਸਮੈਸਟਰ ਜਿੱਦਾਂ ਝੱਟ ਹੀ ਲੰਘ ਜਾਂਦੇ, ਪਤਾ ਹੀ ਨਹੀਂ ਲੱਗਦਾ ਕਿ ਜਿਹੜਾ ਜਿੱਦਾਂ ਅਸੀਂ ਕਹਿੰਦੇ ਕਿ ਸਾਲ ਇੱਕ ਸਾਲ ਨਹੀਂ ਹੁੰਦਾ, ਸਿਰਫ ਦੋ ਸਮੈਸਟਰ ਹੁੰਦੇ, 3 months ਦਾ ਸਮੈਸਟਰ ਹੁੰਦਾ, 6 months ਦੇ ਵਿੱਚ 3 or 4 months ਦਾ ਸਮੈਸਟਰ ਹੋਊਗਾ ਅਲੱਗ ਅਲੱਗ ਯੂਨੀਵਰਸਿਟੀ ਦੇ ਅਕੋਰਡਿੰਗ। ਸੋ 8 months ਵਿੱਚ ਦੋ ਸਮੈਸਟਰ ਖਤਮ, ਦੈਨ ਤੁਹਾਡਾ ਬਰਡਨ ਸ਼ੁਰੂ ਹੋ ਜਾਂਦਾ ਕਿ ਹੁਣ ਅੱਗੇ ਕੀ ਕਰਨਾ ਵਾ। ਸੋ ਅਪਰੋਕਸੀਮੇਟਲੀ ਮੈਨੂੰ ਲੱਗਦਾ ਕਿ ਨਾਲ ਕੁਝ ਫੰਡਸ ਤੇ ਚਾਹੀਦੇ ਹੀ ਚਾਹੀਦੇ ਆ, ਐਕਸਟਰਾ ਫੰਡਸ ਜਿਹੜੇ ਤੁਹਾਡੇ ਬੈਂਕ। ਜਿਹੜੇ ਲੋਕ ਜਿਹੜੇ ਸਟੂਡੈਂਟ ਵੀਜ਼ਾ ਅਪਲਾਈ ਕਰ ਰਹੇ ਹੈ ਜਾਂ ਤਿਆਰੀ ਕਰ ਰਹੇ ਹੈ, ਉਹਨਾਂ ਨੂੰ ਕਦੇ ਕਈ ਵਾਰ ਉਹਨਾਂ ਦੇ ਮਨ 'ਚ ਇਹ ਹੁੰਦਾ ਕਿ ਵੀ ਅਸੀਂ ਜਾ ਕੇ ਚਲੋ ਪੜ੍ਹਾਈ ਕਰਾਂਗੇ, ਸਟੂਡੈਂਟ ਵੀਜ਼ਾ ਮਿਲ ਜਾਏਗਾ, ਸਾਨੂੰ ਕੋਈ ਜੋਬ ਮਿਲ ਜਾਏਗੀ, ਕੁਛ ਪੈਸੇ ਬਣ ਸਕਦੇ ਹੈ। ਕਿਸ ਤਰ੍ਹਾਂ ਦੀ ਜੋਬ ਮਿਲਦੀ ਹੈ, ਕਿਸ ਤਰ੍ਹਾਂ ਦੀ ਜੋਬ ਹੈ, ਕਿੰਨੇ ਔਨ ਐਨ ਐਵਰੇਜ ਕਿੰਨੇ ਕੁ ਪੈਸੇ ਬਣ ਸਕਦੇ ਹੈ ਰੀਜ਼ਨੇਬਲੀ, ਮਤਲਬ ਬਹੁਤ ਹਾਈ ਨਹੀਂ ਬਹੁਤ ਲੋ ਨਹੀਂ, ਰੀਜ਼ਨੇਬਲੀ ਕਿੰਨੇ ਕੁ ਪੈਸੇ ਬਣ ਸਕਦੇ ਹੈ ਪਰ ਮੰਥ? ਸਰ ਜਿੱਦਾਂ ਇੱਥੇ ਸਰੀ ਦੇ ਵਿੱਚ ਬੇਸਿਕ ਪੇ ਹੈਗੀ ਬੀ ਸੀ ਦੇ ਵਿੱਚ $13 ਕੁਛ ਹੈਗੀ ਆ, $13.65। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਦੋਂ ਸਟੂਡੈਂਟ ਆਉਂਦਾ ਉਹਨੂੰ ਬੇਸਿਕ ਪੇ ਹੀ ਮਿਲਦੀ ਆ, ਭਾਵੇਂ ਉਹ ਜਿਹੜਾ ਵੀ ਕੰਮ ਕਰੇ, ਉਹ ਭਾਵੇਂ ਉਹ ਜਿੱਦਾਂ ਪੀਜ਼ਾ ਕਿਸੇ ਸ਼ੋਪ ਵਿੱਚ ਲੱਗਾ ਵਾ ਜਾਂ ਕਿਸੇ ਵੀ ਕੰਮ ਦੇ ਵਿੱਚ ਲੱਗਾ, ਕਿਤੇ 7-Eleven ਲੱਗਾ, ਜਿੱਦਾਂ ਮੈਂ 7-Eleven ਵਿੱਚ ਪਹਿਲਾਂ ਕੰਮ ਕੀਤਾ। ਸੋ 13.85 ਸਮਥਿੰਗ ਬੇਸਿਕ ਪੇ ਮਿਲ ਜਾਂਦੀ ਉਹਨਾਂ ਨੂੰ।
ਪਰ ਜੇ ਉਹ ਲੱਗੀ ਰਹਿਣ ਇੱਕ ਜੋਬ ਦੇ ਵਿੱਚ ਲੱਗੇ ਰਹਿੰਦੇ ਆ, ਜੇ ਉਹਨਾਂ ਦਾ ਐਕਸਪੀਰੀਅੰਸ 6 month ਜਾਂ 8 month ਹੁੰਦਾ, ਤੇ ਹੋਪਸ ਉਹਨਾਂ ਦੀ $14 ਜਾਂ $15 ਪੇ ਹੋ ਜਾਂਦੀ ਆ। ਜੋਬਾਂ ਅਵੇਲੇਬਲ ਹੈ ਨਹੀਂ, ਸਾਰੇ ਸਟੂਡੈਂਟ ਆ ਰਹੇ ਹੈ, ਮੇਰੇ ਖਿਆਲ ਕਿ ਐਟਲੀਸਟ 10,000 ਸਟੂਡੈਂਟ ਇੱਥੇ ਹਰੇਕ ਸੈਮੈਸਟਰ ਆ ਰਿਹਾ ਫਰੈਸ਼, ਐਟਲੀਸਟ ਆਈ ਵੁੱਡ ਸੇ ਇਵਨ ਮੋਰ। ਤੇ ਇੰਨੇ ਕੁ ਜੋਬਾਂ ਉੱਥੇ ਅਵੇਲੇਬਲ ਹਨ, ਜਿਸ ਤਰ੍ਹਾਂ ਤੁਸੀਂ ਪੀਜ਼ਾ ਦਾ ਨਾਮ ਲਿਆ, 7-Eleven ਜਾਂ ਕੋਈ ਹੋਰ ਕੋਈ ਹੈ, ਜੋਬਸ ਹੈ ਕਿ ਨਹੀਂ ਹੈ, ਕਿ ਲੋਕਾਂ ਦਾ ਸੁਪਨਾ ਹੈ ਕਿ ਜੋਬ ਮਿਲ ਜਾਏਗੀ, ਲੇਕਿਨ ਜੋਬ ਮਿਲਦੀ ਨਹੀਂ ਲੋਕਾਂ ਨੂੰ ਸ਼ਾਇਦ। ਸਰ ਸਟਾਰਟਿੰਗ ਦੇ ਵਿੱਚ ਬੜਾ ਮੁਸ਼ਕਲ ਹੋ ਜਾਂਦਾ ਵਾ ਜੋਬ ਲੱਭਣੀ, 1-2 month ਤਾਂ ਤੁਸੀਂ ਫ੍ਰੀ ਰਹੋਗੇ, ਤੁਸੀਂ ਆਪਣਾ ਆਪਣੀ ID ਬਣਾਓਗੇ, ਸਭ ਕੁਛ ਆਪਣਾ, ਜੋ ਵੀ ਆਪਣਾ ਜਿਹੜਾ ਕੁਛ ਵੀ ਰੈਜ਼ੂਮੇ ਜਿੱਦਾਂ ਤਿਆਰ ਕਰਨਾ ਵਾ, ਫਿਰ ਉਹਨੂੰ ਵੰਡਣਾ ਵਾ ਸਾਰੇ ਜਗ੍ਹਾ 'ਤੇ, ਵੇਖਣਾ ਵਾ ਕਿੱਥੇ ਮੈਨੂੰ ਜੋਬ ਮਿਲ ਸਕਦੀ ਆ। ਸਟਾਰਟਿੰਗ ਵਿੱਚ ਜੋਬ ਲੈਣੀ ਬਹੁਤ ਮੁਸ਼ਕਲ ਆ, ਪਰ ਤੁਹਾਡੀ ਮੈਨੂੰ ਲੱਗਦਾ ਵਾ ਮੇਰੇ ਅਕੋਰਡਿੰਗ ਲਿੰਕਸ ਹੋਣੇ ਬਹੁਤ ਜ਼ਰੂਰੀ ਆ। ਜੇ ਤੁਹਾਡੀ ਲਿੰਕਸ ਨਹੀਂ ਹੈਗੇ ਫਿਰ ਤੁਹਾਡੀ ਜੋਬ ਓਪਰਚੁਨਿਟੀ ਬਹੁਤ ਘੱਟ ਆ, ਮਿਲਣਾ ਬਹੁਤ ਘੱਟ ਆ, ਇਹ ਮੈਨੂੰ ਲੱਗਦਾ। ਤੁਸੀਂ ਲਿੰਕਸ ਬਣਾਓ ਆਪਣੇ ਜਿੱਦਾਂ ਫਰੈਂਡ ਸਰਕਲ, ਜਿੰਨਾ ਵੀ ਆ ਫਰੈਂਡ ਸਰਕਲ, ਜੇ ਕਿਸੇ ਨਾਲ ਗੱਲਬਾਤ ਕਰੋ ਕਿੱਦਾਂ ਹੀ ਲੈ ਸਕਦੇ ਹੋ ਜੋਬ। ਕਈ ਲੋਕ ਮੈਨੂੰ ਪਰਸਨਲੀ ਸਵਾਲ ਪੁੱਛਦੇ, ਮੈਂ ਮੇਰਾ ਇੱਕ ਪਰਸਨਲ ਜਿਹੜਾ BC ਦਾ ਐਕਸਪੀਰੀਅੰਸ ਹੈ ਨਹੀਂ, ਕਿਉਂਕਿ ਮੈਂ ਮੇਰਾ ਐਲਬਰਟਾ ਦੀ ਰਿਹਾਇਸ਼ ਹੈ ਕਈ ਸਾਲ ਤੋਂ। ਕਈ ਲੋਕਾਂ ਦਾ ਖਿਆਲ ਹੈ ਕਿ ਅਸੀਂ ਸਟੂਡੈਂਟ ਵੀਜ਼ਾ ਲੈ ਕੇ ਉੱਥੇ ਪਹੁੰਚ ਕੇ, ਸਟੂਡੈਂਟ ਵੀਜ਼ਾ ਇੱਕ ਅੱਧ ਸਮੈਸਟਰ ਦੇ ਬਾਅਦ ਉਹ ਇੱਥੋਂ ਲੋਕਲੀ ਕੋਈ ਜੋਬ ਆਫਰ ਲੈ ਕੇ LMIA ਲੈ ਕੇ ਇਹਨੂੰ ਕਨਵਰਟ ਕਰ ਲਾਂਗੇ ਵਰਕ ਪਰਮਿਟ 'ਤੇ। LMIA ਦਾ ਕੀ ਸਿਸਟਮ ਹੈ, ਮਿਲਦਾ ਹੈ ਲੋਕਾਂ ਨੂੰ, ਜਾਂ ਕੋਈ ਅਫਵਾਹ ਹੈ ਕਿ ਵੀ LMIA ਹੈ ਕਿ ਨਹੀਂ ਹੈ, ਜਾਂ ਕੀ ਉਹਦਾ ਪ੍ਰੋਸੀਜਰ ਹੈ? ਇਸ ਬਾਰੇ ਮੈਨੂੰ ਇੰਨੀ ਨੌਲੇਜ ਨਹੀਂ ਹੈਗੀ LMI ਬਾਰੇ, ਪਰ ਮੈਨੂੰ ਲੱਗਦਾ ਕਿ ਜੇ ਤੁਸੀਂ ਲੀਗਲੀ ਜੇ ਤੁਸੀਂ ਪੜ੍ਹਨ ਆਏ ਜੇ, ਫਿਰ ਤੁਸੀਂ ਪੜ੍ਹੋ ਹੀ, ਪਹਿਲਾਂ ਆਪਣੀ ਸਟੱਡੀ ਜ਼ਰੂਰ ਕਰੋ। LMI ਦੇ ਚੱਕਰ ਵਿੱਚ ਜੇ ਤੁਸੀਂ ਪਓਗੇ ਆਪਣੇ ਪੈਸੇ ਵੇਸਟ ਕਰੋਗੇ, ਜਿਹੜੇ ਤੁਸੀਂ ਆਲਰੇਡੀ ਇੰਡੀਆ ਦੇ ਵਿੱਚੋਂ ਮੰਗਵਾ ਚੁੱਕੇ ਜੇ, ਫਿਰ ਤੁਹਾਨੂੰ ਕਿੰਨੇ ਪੈਸੇ ਮੰਗਵਾਉਣੇ ਪੈਗੇ, ਕੋਈ ਕਿੰਨੇ ਪੈਸੇ ਮੰਗਦਾ, ਕੋਈ 30 lakh, ਕੋਈ 35 lakh, ਕੋਈ 1 lakh, ਬੜੇ ਬੜੇ ਪੈਸੇ ਮੰਗਦੇ ਆ। ਸੋ ਮੈਨੂੰ ਨਹੀਂ ਲੱਗਦਾ ਕਿ ਜੋ ਤੁਸੀਂ ਕੰਮ ਕਰਨਾ ਹੈ ਪਹਿਲਾਂ ਉਹ ਕੰਪਲੀਟ ਕਰੋ, ਲੀਗਲੀ ਆਪਣਾ ਕੰਮ ਕਰੋ, ਫਿਰ ਤੁਸੀਂ ਵਰਕ ਪਰਮਿਟ ਲਓ, ਫਿਰ ਤੁਸੀਂ ਕੰਮ ਕਰੋ ਜਿੰਨਾ ਤੁਸੀਂ ਕਰ ਸਕਦੇ ਜੀ ਆਪਣੀ ਲਿਮਿਟ ਦੇ ਅਕੋਰਡਿੰਗ। LMI ਦੇ ਚੱਕਰ ਜੀ ਤੇ ਮੈਨੂੰ ਲੱਗਦਾ ਪੈਣਾ ਨਹੀਂ ਚਾਹੀਦਾ। ਬਿਲਕੁਲ ਬਿਲਕੁਲ ਨਹੀਂ, ਆਫਕੋਰਸ ਆਫਕੋਰਸ LMI ਤੇ ਇਹ ਹੈ ਕਿ ਜੋਬ ਹੈ ਕਿ ਨਹੀਂ ਹੈ, ਆਫਕੋਰਸ ਕੌਣ ਕੰਸਲਟੈਂਟ ਕਿਸ ਤਰ੍ਹਾਂ ਮੰਗ ਰਿਹਾ। ਇੱਥੇ ਬਾਕੀ ਸਰੀ ਸਰੀ ਏਰੀਆ ਵਿੱਚ ਤਾਂ ਇਮੀਗ੍ਰੇਸ਼ਨ ਲੋਅਰਸ ਕੰਸਲਟੈਂਟ ਕਾਫੀ ਹੋਣਗੇ, ਵੈਸੇ ਤੁਸੀਂ ਦੇਖਿਆ ਹੋਏਗਾ ਮੇਰੇ ਕੋਲ ਬਾਜ਼ਾਰ ਭਰੇ ਹੋਣਗੇ ਸ਼ਾਇਦ, ਪੰਜਾਬ ਵਾਪਸ ਪਰਤ ਕੇ ਜਾ ਕੇ ਪੰਜਾਬ ਦੀ ਕੋਈ ਸੇਵਾ ਕਰਨ ਦਾ, ਆਪਣੀ ਮਾਤਰ ਭੂਮੀ ਇੰਡੀਆ ਦੀ ਕੋਈ ਆਪਣੇ ਜਿੱਥੋਂ ਤੁਸੀਂ ਆਏ ਹੋ? ਕਿਉਂਕਿ ਮੈਂ ਇੱਕ ਚੀਜ਼ ਮੈਂ ਜ਼ਰੂਰ ਫੀਲ ਕਰਦਾ ਕਿ ਜਦ ਆਪਾਂ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਹਾਂ, ਅਗਰ ਆਪਾਂ ਵੀਜ਼ਾ ਆਫਿਸਰ ਨੂੰ ਡਾਇਰੈਕਟਲੀ ਕਹਿ ਦਈਏ, ਲਿਖ ਕੇ ਦੱਸ ਦਈਏ ਕਿ ਵੀ ਅਸੀਂ ਮੁੜ ਕੇ ਨਹੀਂ ਆਉਣਾ, ਤੇ ਵੀਜ਼ਾ ਤੇ ਵੀਜ਼ਾ ਮਿਲ ਨਹੀਂ ਸਕਦਾ, ਆਪਾਂ ਮਤਲਬ ਉਹ ਵੀ ਐਕਸਪੈਕਟ ਕਰਦੇ ਹਾਂ ਕਿ ਵੀ ਤੁਹਾਡੇ ਇੰਡੀਆ ਨਾਲ ਟਾਈਜ਼ ਕੀ ਹੈ, ਇੰਡੀਆ ਨਾਲ ਟਾਈਜ਼ ਮਤਲਬ ਕਿ ਤੁਸੀਂ ਕੋਈ ਇਸ ਤਰ੍ਹਾਂ ਦਾ ਕਾਰਨ ਹੈ, ਕੋਈ ਇਨਸੈਂਟਿਵ ਹੈ ਕਿ ਤੁਸੀਂ ਪੜ੍ਹਾਈ ਕਰਨ ਦੇ ਬਾਅਦ ਮੁੜ ਕੇ ਆਓਗੇ, ਜਾਂ ਕੋਈ ਕਹਿ ਰਿਹਾ ਜੀ ਮੇਰੇ ਕੋਲ ਨੌਕਰੀ ਹੈ ਜੀ, ਕੋਈ ਕਹਿ ਰਿਹਾ ਮੇਰੀ ਪ੍ਰੋਪਰਟੀ ਹੈ, ਕੋਈ ਕਹਿ ਰਿਹਾ ਜੀ ਮੇਰੀ ਫੈਮਿਲੀ ਹੈ, ਤਾਂ ਅਸੀਂ ਮੁੜ ਕੇ ਆ ਕੇ ਇੱਥੇ ਕਰਾਂਗੇ, ਲੇਕਿਨ ਸਟੂਡੈਂਟ ਦਾ ਤੇ ਕੋਈ ਮੈਂ ਜਾਣਦਾ ਕੋਈ ਦੇਖਿਆ ਨਹੀਂ ਅੱਜ ਤੱਕ। ਹਾਂਜੀ ਸਰ, ਜਿੱਦਾਂ ਜਿੱਦਾਂ ਮੈਂ ਵੇਖਿਆ ਮੈਨੂੰ ਵੀ ਨਹੀਂ ਲੱਗਦਾ ਕਿ ਸਟੂਡੈਂਟ, ਚਲੋ ਪਹਿਲਾਂ ਉਹਨਾਂ ਦੀ ਸੋਚ ਹੁੰਦੀ ਪਹਿਲਾਂ ਹੀ ਸਟੂਡੈਂਟ ਪਰਮਿਟ ਆਪਣਾ ਸਟੱਡੀ ਕੰਪਲੀਟ ਕਰਨੀ ਆ, ਫਿਰ ਇਹ ਵਰਕ ਪਰਮਿਟ ਲੈਣਾ, ਫਿਰ ਉਹਦੇ ਬਾਅਦ PR ਹੈ, ਫਿਰ ਹਾਂਜੀ ਇਹ ਚੱਲਦਾ ਰਹਿੰਦਾ। ਪਰ ਜੇ ਮੈਂ ਸੋਚਦੀ ਹਾਂ, ਮੇਰਾ ਤਾਂ ਦਿਲ ਕਰਦਾ ਕਿ ਮੈਂ ਇੰਡੀਆ ਚਲ ਜਾ, ਕਿਉਂਕਿ ਆਪਣੀ ਜਿਹੜੀ ਕੰਟਰੀ ਆ ਆਪਣੀ ਲੱਗਦੀ ਮੈਨੂੰ। ਫਿਰ ਅਜੇ ਵੀ ਅਜੇ ਮੈਨੂੰ ਜੇ ਮੈਨੂੰ ਸਾਲ ਹੋ ਵੀ ਚੱਲਿਆ, ਅਜੇ ਵੀ ਮੈਨੂੰ ਐਂ ਲੱਗਦਾ ਕਿ ਮੈਂ ਅਜੇ ਹੁਣੇ ਹੀ ਆਈ ਹਾਂ ਇੱਥੇ, ਬਾਕੀ ਜਿਹੜੇ ਲੋਕ ਜਿਹੜੇ ਸਟੂਡੈਂਟ ਵੀਜ਼ਾ ਲਈ ਸੋਚ ਰਹੇ ਇਸ ਵਕਤ, ਉਹਨਾਂ ਨੂੰ ਤੁਹਾਡੀ ਕੀ ਐਡਵਾਈਸ ਕੀ ਹੈ ਕਿ ਤੁਸੀਂ? ਅੱਛਾ ਇੱਕ ਗੱਲ ਮੈਂ ਤੁਹਾਨੂੰ ਪੁੱਛੀ ਨਹੀਂ ਪਹਿਲਾਂ ਕਿ ਜਿਹੜੇ ਲੋਕ ਇੰਗਲਿਸ਼ ਵਾਲਾ ਟ੍ਰੇਨਿੰਗ ਕਰਦੇ ਹੈ, IELTS ਹਰੇਕ ਬੱਚਾ ਉੱਥੇ IELTS ਦੀ ਟ੍ਰੇਨਿੰਗ ਕਰਦਾ ਹੈ, ਜਦ IELTS ਪੜ੍ਹਾਈ ਕਰਨ ਦੇ ਬਾਅਦ ਭਾਵੇਂ ਸਕੋਰ ਤੁਹਾਡਾ 6.5 ਆ ਜਾਏ, 7.5 ਆ ਜਾਏ, ਇੱਥੇ ਦੀ ਇੰਗਲਿਸ਼ ਕਿਸ ਤਰ੍ਹਾਂ ਦੀ? ਜਿਹੜੇ ਪ੍ਰੋਫੈਸਰ ਵਾਲਾ ਗੱਲਬਾਤ ਕਰਦੇ ਆ, ਇੰਗਲਿਸ਼ ਦੀ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਸੇਮ ਲੈਵਲ ਹੈ, ਤੁਹਾਨੂੰ ਥੋੜ੍ਹਾ ਸਮਝ 'ਚ ਕੋਈ ਮੁਸ਼ਕਿਲ ਆਈ ਜਾਂ ਕਿਸ ਤਰ੍ਹਾਂ, ਉਹ ਕੀ ਐਕਸਪੀਰੀਅੰਸ ਹੈ? ਸਰ ਜਿੱਦਾਂ ਮੇਰੀ ਯੂਨੀਵਰਸਿਟੀ ਦੇ ਵਿੱਚ ਅਲੱਗ ਅਲੱਗ ਬੈਕਗਰਾਉਂਡ ਦੇ, ਜਿੱਦਾਂ ਕੋਈ ਇੰਡੀਅਨ ਪ੍ਰੋਫੈਸਰ ਆ, ਕੋਈ ਚਾਈਨੀਜ਼ ਪ੍ਰੋਫੈਸਰ ਆ, ਕੋਈ ਇਟਲੀ ਦਾ ਇੱਕ ਪ੍ਰੋਫੈਸਰ ਆ, ਕਈ ਵਾਰੀ ਉਹਨਾਂ ਦੀ ਜਿਹੜੀ ਲੈਂਗੁਏਜ ਆ ਉਹਨਾਂ ਦੀ ਜਿਹੜਾ ਐਕਸੈਂਟ ਆ ਉਹੀ ਰਹਿੰਦਾ ਸੇਮ ਆਪਣੀ ਨੈਸ਼ਨਲ, ਤੇ ਕਈ ਵਾਰੀ ਸਮਝਣਾ ਔਖਾ ਹੋ ਜਾਂਦਾ ਆ, ਪਰ ਫਿਰ ਵੀ ਜੇ ਅਸੀਂ ਵੇਖੀਏ ਤਾਂ ਐਵਰੇਜ, ਚਲੋ ਤੁਹਾਨੂੰ ਸਭ ਸਮਝ ਆ ਜਾਏਗਾ, ਜੇ ਤੁਸੀਂ IELTS ਵਧੀਆ ਕੀਤੀ, ਸਕੋਰ ਵਧੀਆ ਹੈ ਤੁਹਾਡਾ, ਫਿਰ ਕੋਈ ਪ੍ਰੋਬਲਮ ਨਹੀਂ ਹੁੰਦੀ।
ਈਵਨ ਇੱਥੇ ਜਦੋਂ ਮੈਂ ਯੂਨੀਵਰਸਿਟੀ ਵਿੱਚ ਲਿਆ ਸੀ, ਇੱਥੇ ਆ ਕੇ ਵੀ ਮੇਰਾ ਇੱਕ ਟੈਸਟ ਹੁੰਦਾ ਵਾ ਤੁਹਾਡੀ ਇੰਗਲਿਸ਼ ਵਰਕਰ ਨਾਲ, ਹਰ ਯੂਨੀਵਰਸਿਟੀ ਦਾ ਨਹੀਂ ਪਰ ਅਲੱਗ ਇੱਕ ਯੂਨੀਵਰਸਿਟੀ ਜਿੱਦਾਂ ਮੇਰੀ ਯੂਨੀਵਰਸਿਟੀ ਉਹ ਦੱਸ ਲੈਂਦੇ ਆ। ਜਿਹੜੇ ਸਟੂਡੈਂਟ ਉੱਥੋਂ ਪੰਜਾਬ ਤੋਂ, ਕਈ ਕੰਸਲਟੈਂਟ ਦਾ ਦਾਅਵਾ ਹੈ ਕਿ ਵੀ 5.5 ਕਰਕੇ ਵੀ ਤੁਹਾਡਾ ਸਟੂਡੈਂਟ ਵੀਜ਼ਾ ਲੱਗ ਜਾਏਗਾ, ਅਗਰ 5.5 ਐਸਐਸ ਕਰਕੇ ਵੀ ਆ ਰਹੇ, ਉਹਨਾਂ ਨੂੰ ਇੰਗਲਿਸ਼ ਇੱਥੇ ਪ੍ਰੋਬਲਮ ਆ ਸਕਦੀ ਹੈ, ਉਹਨਾਂ ਨੂੰ ਦੁਬਾਰਾ ਇੰਗਲਿਸ਼ ਅਪਗ੍ਰੇਡ ਕਰਨ ਦੀ ਲੋੜ ਪੈਣੀ ਹੈ ਫਿਰ ਕਿ ਨਹੀਂ? ਹਾਂਜੀ ਬਿਲਕੁਲ ਸਰ, ਕਿ 6 ਮਤਲਬ ਕਾਫੀ ਨਹੀਂ ਹੈ, 6.00 ਈਚ ਕਾਫੀ ਨਹੀਂ ਹੈ, ਕਾਫੀ ਹੈ ਕਿ ਨਹੀਂ? ਸਰ ਨਹੀਂ, ਮੈਨੂੰ ਨਹੀਂ ਲੱਗਦਾ ਕਿ ਕਾਫੀ, ਕਿਉਂਕਿ ਜਿੰਨੀ ਤੁਹਾਡੀ ਰਿਕੁਆਇਰਮੈਂਟ ਹੈ ਤੁਸੀਂ ਉਹਨੂੰ ਤੇ ਫੁਲਫਿਲ ਕਰਕੇ ਆਓ ਹੀ। ਇਸ ਤੋਂ ਇਲਾਵਾ ਇੱਥੇ ਆ ਕੇ ਵੀ ਤੁਹਾਨੂੰ ਥੋੜੀ ਮਿਹਨਤ ਕਰਨੀ ਪੈਂਦੀ ਆਪਣੇ ਉੱਤੇ, ਕਿਉਂਕਿ ਤੁਹਾਨੂੰ ਜੇ ਤੁਸੀਂ ਉੱਥੇ ਆਇਲਸ ਕਰ ਵੀ ਲੈਂਦੇ ਜੇ, ਫਿਰ ਵੀ ਤੁਹਾਡਾ ਜਿਹੜਾ ਜਿਹੜੀ ਸਪੀਕਿੰਗ ਆ ਉਹ ਇੰਨੀ ਵਧੀਆ ਨਹੀਂ ਹੁੰਦੀ। ਸੋ ਇੱਥੇ ਸਪੀਕਿੰਗ ਜ਼ਿਆਦਾ ਮੈਟਰ ਕਰਦੀ ਆ, ਜਿੱਦਾਂ ਤੁਸੀਂ ਪ੍ਰੈਜੈਂਟੇਸ਼ਨ ਦੇਣੀ ਹੈ ਇਹਦੇ ਕਲਾਸ ਦੇ ਵਿੱਚ, ਜੇ ਤੁਸੀਂ ਵਧੀਆ ਨਹੀਂ ਦੇ ਰਹੇ ਫਿਰ ਤੁਹਾਡੇ ਸਕੋਰ ਵੀ ਨਹੀਂ ਲੱਗਣਗੇ, ਕਿਉਂਕਿ ਇੱਥੇ ਫਾਈਨਲ ਐਗਜ਼ਾਮ ਐਜ਼ ਆ ਪ੍ਰੈਜੈਂਟੇਸ਼ਨ ਹੀ ਹੁੰਦਾ, ਕੋਈ ਰਿਟਨ ਐਗਜ਼ਾਮ ਨਹੀਂ ਹੁੰਦਾ। ਕੁਛ ਜ਼ਰੂਰ ਡਿਗਰੀ ਲੈ ਕੇ ਆਵੇ, ਜਿੱਦਾਂ ਗ੍ਰੈਜੂਏਸ਼ਨ ਡਿਗਰੀ ਹੈ ਜਾਂ ਕੁਛ ਵੀ, ਇਹ ਨਹੀਂ ਕਿ ਇੱਕ ਸਾਲ ਦਾ ਡਿਪਲੋਮਾ ਲੈ ਕੇ, ਕਿਉਂਕਿ ਬਾਅਦ ਵਿੱਚ ਉਹਨੂੰ ਪ੍ਰੋਬਲਮ ਹੁੰਦੀ ਹੈ ਤੇ ਉਹਨੂੰ ਮੂਵ ਕਰਨਾ ਪੈਂਦਾ ਬੈਕ ਟੂ ਇੰਡੀਆ, ਜਿਹੜੀ ਵੀ ਕੰਟਰੀ ਤੋਂ ਆਇਆ, ਬੈਕ ਟੂ ਹੋਮ ਕੰਟਰੀ। ਸੋ ਇਹ ਨਾ ਪ੍ਰੋਬਲਮ ਆਏ, ਸੋ ਪਹਿਲਾਂ ਹੀ ਇਨਫੋਰਮੇਸ਼ਨ ਇਕੱਠੀ ਕਰੋ, ਜੋ ਵੀ ਤੁਹਾਡਾ ਬਣਦਾ ਆ ਉਹ ਸਾਰਾ, ਜਿੰਨੀ ਵੀ ਇਨਫੋਰਮੇਸ਼ਨ ਲੈ ਸਕਦੇ ਜੀ ਆਪਣੀ ਸਾਰੀ, ਆਪਣੇ ਬੇਸ 'ਤੇ ਜੋ ਵੀ ਤੁਸੀਂ ਰਿਸਰਚ ਕਰ ਸਕਦੇ ਹੋ ਕਰੋ, ਕਿਉਂਕਿ ਤੁਸੀਂ ਸਾਰਾ ਕੁਝ ਤਾਂ ਕੰਸਲਟੈਂਟ 'ਤੇ ਨਹੀਂ ਸੁੱਟ ਸਕਦੇ, ਉਹਦਾ ਕੰਮ ਆ ਸਿਰਫ ਤੁਹਾਡਾ ਕੇਸ ਲਾਉਣਾ, ਬਾਕੀ ਤੁਸੀਂ ਜੋ ਵੀ ਇਨਫੋਰਮੇਸ਼ਨ ਇਕੱਠੀ ਕਰਨੀ ਉਹ ਤੁਸੀਂ ਖੁਦ ਹੀ ਕਰਨੀ ਹੈ। ਸੋ ਇਹ ਦੇਖੀ ਵੀ ਤੁਸੀਂ ਬਾਅਦ 'ਚ ਐਲੀਜੀਬਲ ਹੋ, ਕਿੰਨੇ ਸਾਲ ਦਾ ਵਰਕ ਪਰਮਿਟ ਤੁਹਾਨੂੰ ਮਿਲੇਗਾ, ਤੁਹਾਡੀ ਰੈਲੀਵੈਂਸ ਹੈਗੀ ਜਾਂ ਨਹੀਂ, ਤੁਹਾਡਾ ਸਕੋਰ ਕਿੰਨਾ ਬਣੇਗਾ। ਬਾਕੀ ਬਾਕੀ ਜਿਹੜੇ ਪ੍ਰੈਫਰੈਂਸ ਉਹਨਾਂ ਨੂੰ ਹੈ ਜਿਹਨਾਂ ਕੋਲ ਬੈਚਲਰਸ ਡਿਗਰੀ ਹੈ ਇੰਡੀਆ ਦੀ, ਉਹ ਮਾਸਟਰਸ ਕਰਨ ਆਉਣਗੇ, ਉਹਨਾਂ ਨੂੰ ਜ਼ਿਆਦਾ ਫਾਇਦਾ ਹੋਊਗਾ, ਬਜਾਏ ਕਿ 12ਵੀਂ ਦੇ ਬਾਅਦ ਕੋਈ ਛੋਟਾ ਮੋਟਾ ਡਿਪਲੋਮਾ ਕਰਕੇ ਫਿਰ ਇੱਥੇ ਧੱਕੇ ਖਾ ਕੇ ਉਹਨਾਂ ਨੇ ਕਿਹਾ ਇਹ ਕਰ ਲਓ ਕਰ ਲਓ। ਅੱਛਾ ਇੱਕ ਚੀਜ਼ ਹੋਰ ਹੈ, ਜਿਹੜੇ ਪ੍ਰਾਈਵੇਟ ਕਾਲਜ ਅਤੇ ਪਬਲਿਕ ਯੂਨੀਵਰਸਿਟੀ, ਪਬਲਿਕ ਕਾਲਜ ਦਾ ਕੀ ਫਰਕ ਹੈ? ਕਈ ਲੋਕ ਜਿਹੜੇ ਕੰਸਲਟਿੰਗ ਵਾਲਾ ਪੰਜਾਬ 'ਚ, ਸ਼ਾਇਦ ਉਹਨਾਂ ਨੂੰ ਸ਼ਾਇਦ ਕਿ ਵੀਜ਼ਾ ਲਾਉਣ ਦੇ ਮਤਲਬ ਪ੍ਰੋਮਿਸ ਕਰਕੇ ਉਹਨਾਂ ਨੂੰ ਕਹਿ ਕੇ ਵੀ ਤੁਹਾਡਾ ਐਡਮਿਸ਼ਨ ਕਰ ਦਿੰਦੇ, ਅਗਲੇ ਨੂੰ ਪਤਾ ਨਹੀਂ ਹੁੰਦਾ ਕਿ ਆਪਾਂ ਪ੍ਰਾਈਵੇਟ ਜਾ ਰਹੇ ਹਾਂ, ਪਬਲਿਕ ਜਾ ਰਹੇ ਹਾਂ। ਇੱਥੇ ਆ ਕੇ ਕਈ ਕੋਰਸਿਸ ਹੈ ਜਿਹਦੇ 'ਤੇ ਥਰੂ ਵਰਕ ਪਰਮਿਟ ਨਹੀਂ ਮਿਲਦਾ, ਉਹਦੇ ਬਾਰੇ ਕੀ ਖਿਆਲ ਹੈ ਤੁਹਾਡਾ? ਪ੍ਰਾਈਵੇਟ ਕਾਲਜ, ਪਬਲਿਕ ਕਾਲਜ, ਇਹ ਕਿਸ ਤਰ੍ਹਾਂ ਤੁਸੀਂ ਡਿਫਰੈਂਸ ਦੇਖਦੇ ਹੋ ਇਸ ਚੀਜ਼ ਦਾ? ਮੈਨੂੰ ਲੱਗਦਾ ਜੇ ਕੋਈ ਸਟੂਡੈਂਟ ਕਾਲਜ ਲੈ ਕੇ ਆ ਰਿਹਾ ਤੇ ਉਹ ਆਫਕੋਰਸ ਪਬਲਿਕ ਕਾਲਜ ਹੀ ਲੈ ਕੇ ਆਵੇ, ਪ੍ਰਾਈਵੇਟ ਕਾਲਜ ਇੰਨਾ ਕੋਈ ਖਾਸ ਤੁਹਾਨੂੰ ਬੈਨੀਫੀਸ਼ੀਅਲ ਨਹੀਂ ਹੋਊਗਾ ਜੇ ਤੁਸੀਂ ਅੱਗੇ ਜਾ ਕੇ ਆਪਣੀ ਪੁਆਇੰਟਸ ਬਣਾਉਣੀ ਆ। ਅੱਛਾ ਇਹ ਯੂਨੀਵਰਸਿਟੀ ਆ ਤੁਹਾਡੀ ਤੇ ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀ ਵੀ ਚੱਲੇ, ਕਿਉਂਕਿ ਆਫਕੋਰਸ ਉਹ ਯੂਨੀਵਰਸਿਟੀ ਆ ਉਹ ਮੈਟਰ ਕਰਦੀ ਹੈ, ਪਰ ਜਿਹੜਾ ਤੁਹਾਡਾ ਕਾਲਜ ਆ ਉਹ ਗਵਰਨਮੈਂਟ ਕਾਲਜ ਹੀ ਹੋਣਾ ਚਾਹੀਦਾ, ਮੈਨੂੰ ਲੱਗਦਾ ਤੁਹਾਨੂੰ ਜ਼ਿਆਦਾ ਪ੍ਰੈਫਰ ਉਹੀ ਕਰਨਾ ਚਾਹੀਦਾ। That's right. ਕਈ ਲੋਕਾਂ ਦਾ ਗੈਪ ਵੀ ਹੈ, ਕਈ ਲੋਕ ਜਿਹੜੇ ਇਸ ਤਰ੍ਹਾਂ ਸੋਚਦੇ ਕਿ ਅਗਰ ਕੋਈ ਜਿਸਨੇ ਬੈਚਲਰਸ ਡਿਗਰੀ ਕੀਤੀ ਉਹਦੇ ਬਾਅਦ ਉਹਨਾਂ ਨੇ ਕੋਈ ਪੜ੍ਹਾਈ ਪੜੂਈ ਜੇ ਨਹੀਂ ਕਰ ਸਕੇ, ਨੌਕਰੀ ਕਰ ਗਏ 2-3 ਸਾਲ 4 ਸਾਲ ਜਾਂ ਕਿਸੇ ਦੀ ਮੈਰਿਜ ਹੋ ਗਈ, ਗੈਪ ਪੈ ਗਿਆ, ਕੋਈ ਜੋਬ ਐਕਸਪੀਰੀਅੰਸ ਨਹੀਂ ਹੈ, ਅਤੇ ਫਿਰ ਗੈਪ ਦੇ ਮਗਰੋਂ ਫਿਰ ਵੀਜ਼ਾ ਦਾ ਕੀ ਸਿਚੁਏਸ਼ਨ ਹੈ? ਫਿਰ ਵੀਜ਼ਾ ਉਹਨਾਂ ਨੂੰ ਮਿਲਦਾ ਹੈ ਕਿ ਨਹੀਂ ਹੈ, ਜਾਂ ਗੈਪ ਦੀ ਰੈਲੀਵੈਂਸੀ ਹੈ ਕੋਈ ਐਡਮਿਸ਼ਨ ਲੈਣ ਲਈ? ਇਹ ਮੈਨੂੰ ਇੰਨੀ ਇਨਫੋਰਮੇਸ਼ਨ ਨਹੀਂ ਹੈਗੀ, ਪਰ ਮੈਨੂੰ ਕੁਝ ਸਟੂਡੈਂਟ ਮੇਰੀ ਯੂਨੀਵਰਸਿਟੀ ਦੇ ਵਿੱਚ ਹੈਗੇ ਆ ਬਹੁਤ ਜ਼ਿਆਦਾ ਏਜਡ ਵਾ, ਉਹਨਾਂ ਦੇ ਖੁਦ ਆਪਣੇ ਬੱਚੇ ਆ ਇੱਥੇ ਪੜ੍ਹ ਰਹੇ ਆ ਸਕੂਲ, ਇੰਟਰਨੈਸ਼ਨਲ ਸਟੂਡੈਂਟ, ਇੰਡੀਆ ਤੋਂ ਆਏ ਜਾਂ ਬ੍ਰਾਜ਼ੀਲ ਦੇ ਕੁਝ ਸਟੂਡੈਂਟ ਆ। ਅੱਛਾ, ਤੇ ਉਹ ਉਹਨਾਂ ਦਾ ਪਹਿਲਾਂ ਜਿੱਦਾਂ ਆਪਣੀ ਕੰਟਰੀ ਦੇ ਵਿੱਚ ਕੋਈ ਆਈਟੀ ਪ੍ਰੋਫੈਸ਼ਨਲ ਹੋਏਗਾ ਜਾਂ ਕਿੱਦਾਂ ਬੈਕਗ੍ਰਾਉਂਡ ਇਦਾਂ ਦੀ ਹੈਗੀ, ਸੋਫਟਵੇਅਰ ਇੰਜੀਨੀਅਰ ਆ ਕੁਛ ਇਦਾਂ ਕਰਕੇ, ਤੇ ਉਹਨਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਵਾ, ਤੇ ਮੈਨੂੰ ਲੱਗਦਾ ਕਿ ਫਿਰ ਉਹ ਯੂਨੀਵਰਸਿਟੀ ਦੇ ਮਨ ਵਿੱਚ ਇਹ ਹੁੰਦਾ ਵਾ ਕਿ ਜੇ ਉਹ ਸਟੂਡੈਂਟ ਇੱਥੇ ਆ ਜਾਂਦਾ ਸਟੱਡੀ ਕਰਦਾ ਹੈ ਤੇ ਦੈਨ ਇਹ ਕੰਟਰੀ ਨੂੰ ਕਿੰਨਾ ਬੈਨੀਫਿਟ ਹੋਊਗਾ, ਮੇਰੇ ਅਕੋਰਡਿੰਗ ਇਹ ਚੱਲਦਾ ਆ। ਤੇ ਸੋ ਭਾਵੇਂ ਏਜ ਜਿਹੜੀ ਮੈਟਰ ਨਹੀਂ ਕਰਦੀ, ਕਈ ਏਜ ਸਟੂਡੈਂਟ ਮੇਰੀ ਕਲਾਸ ਦੇ ਵਿੱਚ ਜਿਹੜੇ ਪੜ੍ਹ ਰਹੇ,
ਸੋ ਪਰ ਗੈਪ ਦਾ ਮੈਨੂੰ ਨਹੀਂ ਪਤਾ, ਪਰ ਮੈਨੂੰ ਇੰਨਾ ਪਤਾ ਕਿ ਜੇ ਉਹਦੇ ਕੋਲ ਪਹਿਲਾਂ ਉਹਦੀ ਬੈਕਗ੍ਰਾਉਂਡ ਵਧੀਆ ਰਹੀ ਆ, ਸਟੱਡੀ ਵਧੀਆ ਵਾ, ਫਿਰ ਉਹਦੇ ਕੋਲ ਜੋਬ ਐਕਸਪੀਰੀਅੰਸ ਵਧੀਆ, ਜੇ ਉਹਦੀ ਆਈਟੀ ਪ੍ਰੋਫੈਸ਼ਨਲ ਆਇਆ, ਸੋਫਟਵੇਅਰ ਦੇ ਵਿੱਚ ਉਹਦੀ ਜੋ ਵੀ ਐਜੂਕੇਸ਼ਨ ਆ ਜਿੱਦਾਂ, ਫਿਰ ਉਹਦੇ ਵਾਸਤੇ ਮੈਨੂੰ ਲੱਗਦਾ ਬੈਨੀਫਿਟ ਹੋ ਸਕਦਾ ਵਾ, ਉਹ ਸਟੱਡੀ ਲੈ ਸਕਦਾ ਇਹਦੇ ਵਿੱਚ। ਇੰਡੀਆ ਦੇ ਕੋਈ ਸਟੂਡੈਂਟ ਆਏ ਹੈ ਜਿਹੜੇ ਗੈਪ ਵਾਲੇ ਹੈ ਤੁਹਾਡੀ ਯੂਨੀਵਰਸਿਟੀ ਵਿੱਚ ਕਿ ਨਹੀਂ? ਸਰ ਨਹੀਂ, ਮੈਨੂੰ ਨਹੀਂ ਲੱਗਦਾ, ਕਿਉਂਕਿ ਜਿੰਨੇ ਸਟੂਡੈਂਟ ਨੂੰ ਮੈਂ ਮਿਲੀ ਹਾਂ, ਇੰਡੀਅਨ ਸਟੂਡੈਂਟ ਨੂੰ, ਉਹ ਰੈਗੂਲਰ ਸਟੂਡੈਂਟ ਰਹੇ ਆ ਪਹਿਲਾਂ ਗੈਪ। ਹਾਂ ਠੀਕ ਹੈ, ਚਲੋ ਥੈਂਕ ਯੂ ਵੈਰੀ ਮੱਚ, ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ, ਆਪਣਾ ਕੋਈ ਐਕਸਪੀਰੀਅੰਸ ਦੱਸਿਆ, ਅਤੇ ਜਿਹੜੇ ਲੋਕ ਦੇਖ ਰਹੇ ਹੈ ਉਹਨਾਂ ਨੂੰ ਵੀ ਥੋੜ੍ਹਾ ਬਹੁਤ ਆਈਡੀਆ ਸ਼ਾਇਦ ਲੱਗਿਆ ਹੋਏਗਾ। ਆਫਕੋਰਸ ਦੋਸਤੋ, ਅਗਰ ਜੇ ਕੋਈ ਸਵਾਲ ਤੁਸੀਂ ਪੁੱਛਣਾ ਹੈ ਤਾਂ ਆਪਣਾ ਕਮੈਂਟਸ ਤੁਸੀਂ ਥੱਲੇ ਲਿਖ ਸਕਦੇ ਹੋ। ਇਹ ਆਪਾਂ ਸਟੂਡੈਂਟ ਲਾਈਫ ਇਨ ਵੈਨਕੂਵਰ ਸਰੀ ਦੇ ਬਾਰੇ ਗੱਲ ਕਰ ਰਹੇ ਸੀ ਕਿ ਵੀ ਕਿਸ ਤਰ੍ਹਾਂ ਇੰਟਰਨੈਸ਼ਨਲ ਸਟੂਡੈਂਟ ਕਿਸ ਤਰ੍ਹਾਂ ਆ ਰਹੇ ਹੈ ਅਤੇ ਕੀ ਕੁਛ ਕਰਨਾ ਚਾਹੀਦਾ, ਮਿਸਟੇਕਸ ਅਵੋਇਡ ਕਰਨੀ ਕਿਸ ਤਰ੍ਹਾਂ ਕਰਨੀ ਹੈ ਕਿਸ ਤਰ੍ਹਾਂ, ਇੱਕ ਵਾਰ ਆਪਾਂ ਫਿਰ ਟਰਾਈ ਕਰਾਂਗੇ ਓਂਟਾਰੀਓ ਤੋਂ ਵੀ ਸਟੂਡੈਂਟ ਨੂੰ ਲਿਆ ਕੇ ਉਹਨਾਂ ਦਾ ਐਕਸਪੀਰੀਅੰਸ ਦੇਖਾਂਗੇ, ਅਤੇ ਐਂਡ ਵੀ ਵਿਲ ਸੀ ਕੰਪੇਅਰ ਕਿ ਕਿਸ ਤਰ੍ਹਾਂ ਹੋ ਰਿਹਾ ਐਂਡ ਯੂ ਨੋ ਵੀ ਗੋ ਫਰਮ ਦੇਅਰ। ਥੈਂਕ ਯੂ ਵੈਰੀ ਮੱਚ ਗੁਰਪ੍ਰੀਤ ਫੋਰ ਯੋਰ ਟਾਈਮ, ਅਤੇ ਆਈ ਹੋਪ ਟੂ ਸੀ ਯੂ ਲੇਟਰ। Till the time, I'll say goodbye to you. Thank you. Take care.